ਪੰਜਾਬੀ ਨੈਸ਼ਨਲ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਕੋਲ ਬੈਕ ਸੁਣ ਸਜਣਾ ਵਿੱਚ ਇਹ ਪ੍ਰੋਗਰਾਮ ਜਿਸਦੇ ਤੁਸੀਂ ਕਈ ਐਪੀਸੋਡ ਦੇਖ ਚੁੱਕੇ ਹੋ ਇਸ ਨੂੰ ਪਸੰਦ ਵੀ ਕਰ ਰਹੇ ਹੋ ਇਸ ਵਾਸਤੇ ਆਪ ਜੀ ਦਾ ਧੰਨਵਾਦ ਨਿੰਦਰ ਕੋ ਗਿਆਨ ਵੀ ਜੀ ਇਸ ਪ੍ਰੋਗਰਾਮ ਵਾਸਤੇ ਪੂਰੀ ਮਿਹਨਤ ਕਰਦੇ ਨੇ ਟੌਪਿਕ ਕਲਬ ਕੇ ਲਿਆਉਂਦੇ ਨੇ ਤੇ ਉਹਨਾਂ ਸਜਣਾ ਤੱਕ ਪਹੁੰਚ ਕਰਦੇ ਨੇ ਜੋ ਵਿਸਰ ਗਏ ਨੇ ਗਵਾਚ ਗਏ ਨੇ ਸਮੇਂ ਦੀ ਦੌੜ ਹੈ ਨਜ਼ਾਕਤ ਹੈ ਸਮੇਂ ਦੀ ਕਿ ਦੇਖਣਾ ਵੀ ਪੈਣਾ ਹੈ ਇਹਨਾਂ ਵਿਅਕਤੀਆਂ ਵੱਲ ਤੇ ਉਹਨਾਂ ਨੂੰ ਰਿਕਾਰਡ ਕਰੀਏ ਤੇ ਸਾਂਭ ਕੇ ਰੱਖੀਏ ਤੇ ਆਪਜੀ ਤੱਕ ਪਹੁੰਚਾਈਏ ਪੇਸ਼ ਕਰੀਏ। ਮਿੰਦਰ ਜੀ ਇੱਕ ਵਾਰੀ ਫੇਰ ਹਾਜ਼ਰ ਨੇ। ਸਤਿ ਸ਼੍ਰੀ ਅਕਾਲ ਕੁਲਦੀਪ ਭਾਜੀ। ਠੀਕ ਠਾਕ ਹੋ ਜੀ। ਹਾਂ ਬਹੁਤ ਵਧੀਆ ਸਾਰੇ ਸਾਡੇ ਜਿੰਨੇ ਦਰਸ਼ਕ ਹੈ। ਸਾਰਿਆਂ ਦਾ ਬਹੁਤ ਤਿਲੋਂ ਤਹਿ ਦਿਲੋਂ ਧੰਨਵਾਦ। ਅੱਜ ਅਸੀਂ ਇੱਕ ਬੜੀ ਅਹਿਮ ਸ਼ਖਸੀਅਤ ਬਾਰੇ ਗੱਲਬਾਤ ਕਰਨੀ ਹੈ। ਜੀ। ਸੋਹਣ ਸਿੰਘ ਸੀਤਲ। ਜੀ। ਮੈਨੂੰ ਇਹ ਦੱਸੋ ਕਿ ਉਹਨਾਂ ਨੂੰ ਤੁਸੀਂ ਢਾਡੀ ਆਖੋਗੇ। ਹਮ। ਸਾਹਿਦਕਾਰ ਰੱਖੋਗੇ ਨਾਵਲਕਾਰ ਰੱਖੋਗੇ ਸ਼ਾਇਰ ਰੱਖੋਗੇ ਇਤਿਹਾਸਕਾਰ ਰੱਖੋਗੇ ਕੀ ਕਹੋਗੇ ਪਹਿਲਾਂ ਤਾਂ ਉਹਨਾਂ ਨੂੰ ਤੁਸੀਂ ਇੱਕ ਵੱਡੀ ਸੰਸਥਾ ਸੀਗੇ ਆਪਣੇ ਆਪ ਚ ਜੀ ਔਰ ਸੰਸਥਾ ਜਿੰਨਾ ਕੰਮ ਕਰਿਆ ਔਰ ਇੱਕੋ ਸਮੇ ਸ਼੍ਰੋਮਣੀ ਢਾਡੀ ਇੱਕੋ ਸਮੇ ਸ਼੍ਰੋਮਣੀ ਨਾਵਲਕਾਰ ਇੱਕੋ ਸਮੇ ਇਤਿਹਾਸਕਾਰ ਜੀ ਵਾਰਤਕਕਾਰ ਔਰ ਰਚੇਤਾ ਜੀ ਬੜਾ ਕੁਛ ਰਚ ਕੇ ਦੇਗੇ ਸਾਨੂੰ ਉਹ ਮਤਲਬ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਸੀ ਪੰਜਾਬ ਨੂੰ ਪੰਜਾਬੀ ਸਾਹਿਤ ਨੂੰ ਤੇ ਸੱਭਿਆਚਾਰ ਨੂੰ ਬੜੀ ਵੱਡੀ ਦੇਣ ਹੈ ਸਰਦਾਰ ਸੋਹਣ ਸਿੰਘ ਸੀਤਲ ਹੋਰਾਂ ਦੀ ਤੇ ਭਰਵੀਂ ਉਮਰ 99 ਸਾਲ ਉਹਨਾਂ ਨੇ ਬਿਤਾਈ ਤੇ 99 ਸਾਲ ਤੱਕ ਕਲਮ ਚਲਦੀ ਰਹੀ ਚਲਦੀ ਰਹੀ ਹੱਥੋਂ ਨਹੀਂ ਛੱਡੀ ਮਤਲਬ ਇਸ ਤਰ੍ਹਾਂ ਦੇ ਜੀਵ ਕਦੇ-ਕਦੇ ਪੈਦਾ ਹੁੰਦੇ ਐ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਕਿਵੇਂ ਕਿੱਥੋਂ ਸ਼ੁਰੂ ਹੋਇਆ ਤੇ ਸਾਹਿਤਿਕ ਤੇ ਇਹ ਸੰਗੀਤ ਵਾਲਾ ਤੇ ਢਾਡੀ ਜੋ ਉਹਨਾਂ ਦਾ ਜੀਵਨ ਸੀ ਜਿਸ ਵਿੱਚ ਉਹਨਾਂ ਨੇ ਨਿਪੁੰਤਾ ਹਾਸਲ ਕੀਤੀ ਲੋਕਾਂ ਨੂੰ ਆਪਣੇ ਨਾਲ ਜੋੜਿਆ ਨਾਮਣਾ ਖੱਟਿਆ ਇੱਕਦੋ ਇੱਕ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਦਾ ਹੋਇਆ 7 ਅਗਸਤ 1907 ਅੱਛਾ ਜੀ ਸਾਂਝਾ ਪੰਜਾਬ ਤੇ ਕਸੂਰ ਤਹਿਸੀਲ ਚ ਕਾਦੀ ਵੰਡ ਪਿੰਡ ਬਾਰਡਰ ਤੇ ਲਾਗੇ ਵਾਹ ਜੀ ਤੇ ਪੰਨੋ ਗੋਤਰ ਵਾਹ ਪਿਤਾ ਖੁਸ਼ਾਲ ਸਿੰਘ ਅੱਛਾ ਜੀ ਮਾਤਾ ਦਿਆਲ ਕੌਰ ਵਾਹ ਵਾਹ ਹੁਣ ਉਹ ਕਿਤੋਂ ਮਤਲਬ ਕਿੰਨੇ ਸੋਹਣੇ ਨਾਂ ਹੈ ਵਾਕਿਆ ਜੀ ਹੈ ਦਿਆਲ ਕੌਰ ਨਾਂ ਹੀ ਲੱਭਦੇ ਜੀ ਹਾਂ ਤੇ ਖੁਸ਼ਾਲ ਸਿੰਘ ਉੱਥੇ ਪੈਦਾ ਹੋ ਕੇ ਤੇ ਅੱਗੇ ਨਾਂ ਜਿਹੜਾ ਸੋਹਣ ਸਿੰਘ ਸੀਤਲ ਵਾਹ ਵਾਹ ਠੀਕ ਹੈ ਉਹ ਤਖੱਲਸ ਰੱਖਿਆ ਕੋਈ ਖਾਸ ਕਾਰਨ ਸੀ ਜਾਂ ਵੈਸੇ ਪਹਿਲਾਂ ਤੋਂ ਰੱਖਿਆ ਹੋਇਆ ਸੀ ਸੀਤਲ ਤਖੱਲਸ ਇਹਨਾਂ ਦਾ ਜਿਹੜਾ ਹੈ ਉਹ ਬਚਪਨ ਚ ਜਦੋਂ ਇਹ ਮਿਲਣ ਗਿਲ ਜਾਂਦੇ ਸੀ ਆਪਣੇ ਉਸਤਾਦਾਂ ਨੂੰ ਅੱਛਾ ਜੀ ਤਾਂ ਉਦੋਂ ਉਹਨਾਂ ਨੇ ਰੱਖ ਦਿੱਤਾ ਫਿਰ ਸੀਤਲ ਸ਼ਖਸੀਅਤ ਵਿੱਚ ਤਾਂ ਸ਼ੀਤਲ ਸੀ। ਉਸ ਤੋਂ ਬਾਅਦ ਵੀ ਉਹਨਾਂ ਨੇ ਐਸਾ ਕੰਮ ਕੀਤਾ ਕਿ ਪਤਾ ਹੀ ਨਹੀਂ ਕਿੰਨੀਆਂ ਕਿਤਾਬਾਂ ਸ਼ੀਤਲ ਕਣੀਆਂ, ਸ਼ੀਤਲ ਤਰਬਾਂ, ਸ਼ੀਤਲ ਯਾਦਾਂ, ਸ਼ੀਤਲ ਸੁਨੇਹੇ। ਮਤਲਬ ਇਹ ਸਤੇ ਹੀ ਉਹਨਾਂ ਨੇ ਮੇਰਾ ਖਿਆਲ ਆ ਕਿ 40 ਕਿਤਾਬਾਂ ਤਾਂ ਸ਼ੀਤਲ ਨਾਮ ਦੇ ਥੱਲੇ ਜਿਹੜੀਆਂ ਹਨ ਲਿਖ ਦਿੱਤੀਆਂ। ਠੀਕ ਹੈ ਜੀ। ਸੋ ਉਹਨਾਂ ਨੂੰ ਤੁਸੀਂ ਜਦੋਂ ਮਿਲੇ ਹੋ ਪਹਿਲੀ ਵਾਰ ਕਿੱਥੇ ਕਿਸ ਤਰ੍ਹਾਂ ਸਵਾਬ ਬਣਿਆ ਮੈਂ ਤਾਂ ਬੇਪੱਗ ਐ ਅੱਛਾ ਜੀ ਮੈਂ ਤਾਂ ਮਿਲ ਹੀ ਨਹੀਂ ਸਕਿਆ ਅੱਛਾ ਔਰ ਉਹ ਚਾਕੀ ਉਹ ਦ੍ਰਿਸ਼ਕ ਦੇ ਅੱਖਾਂ ਮੂਰ ਹੋ ਜਾਂਦਾ ਨਹੀਂ ਮਾਡਲ ਟਾਊਨ ਚ ਇਹਨਾਂ ਦਾ ਘਰ ਸੀ ਕਿਹੜੇ ਸ਼ਹਿਰ ਜੀ ਲੁਧਿਆਣੇ ਜਵਾਰ ਨਗਰ ਦੇ ਨੇੜੇ ਕਿਤੇ ਅੱਛਾ ਜੀ ਉੱਥੇ ਸ਼ੀਤਲ ਨਿਵਾਸ ਸ਼ਾਇਦ ਲਿਖਿਆ ਹੋਵੇ ਜਾਂ ਛੀਤਲ ਅਲ ਨਾ ਲਿਖਿਆ ਹੋਵੇ ਮੈਨੂੰ ਹੁਣ ਧੁੰਦਲੀ ਯਾਦ ਹੈ ਗੱਲ 90 ਹੈ 91 ਦੀ ਆ ਅੱਛਾ ਜੀ ਤੇ ਮੈਂ ਉੱਥੋਂ ਦੀ ਲੰਘ ਕੇ ਉਸਤਾਦ ਯਮਲਾ ਜੀ ਦੇ ਡੇਰੇ ਨੂੰ ਜਾ ਰਿਹਾ ਸੀ ਪਿੱਛੇ ਗੁਰਦੁਆਰਾ ਨੇੜੇ ਜਿੱਥੇ ਉਸਤਾਦ ਯਮਲਾ ਜੀ ਦਾ ਭੋਗ ਪਿਆ ਤੇ ਸੀਤਲ ਸਾਹਿਬ ਦਾ ਨਾਮ ਪੜ ਕੇ ਮੂਰੋਂ ਬਾਹਰ ਦਿਓ ਤੇ ਮੈਂ ਜਦੋਂ ਕੋਠੀ ਵੱਲ ਝਾਕਿਆ ਤੇ ਜਿਹੜਾ ਬਰਾਮ ਦਾ ਸੀ ਜਿੱਥੇ ਆਮ ਕਾਰਾਂ ਖੜਦੀਆਂ ਹਨ ਉੱਥੇ ਕੋਈ ਕਾਰ ਨਹੀਂ ਖੜੀ ਸੀ ਉੱਥੇ ਇੱਕ ਮੰਜੇ ਦੇ ਉੱਤੇ ਇੱਕ ਬਜ਼ੁਰਗ ਬੈਠਾ ਸੀ अच्छा ਤੇ ਉਹ ਲਿਖ ਲਿਖ ਰਿਹਾ ਸੀ ਜਾਂ ਪੜ੍ਹ ਰਿਹਾ ਸੀ ਮੈਨੂੰ ਹੁਣ ਕਿਉਂਕਿ 1990 91 ਦੀ ਗੱਲ ਹੈ ਤੇ ਮੈਂ ਕਿਹਾ ਇਹ ਆ ਸਰਦਾਰ ਸੋਨ ਸਿੰਘ ਸੀਤਲ ਅੱਛਾ ਤੇ ਮੈਂ ਦੋ ਟੱਕ ਖੜਾ ਦੇਖਦਾ ਰਿਹਾ ਲੋਕੀ ਸ਼ਹਿਰਾਂ ਚ ਕੋਠੀਆਂ ਦੇ ਬੂਹੇ ਬੰਦ ਕਰਕੇ ਰੱਖਦੇ ਆ ਠੀਕ ਹੈ ਨਾ ਹੁਣ ਸਮੇਂ ਨੇ ਸਾਡੇ ਬੰਨਾਂ ਦੇ ਬੂਹੇ ਵੀ ਭੇੜ ਦਿੱਤੇ ਆ ਬਿਲਕੁਲ ਪਿੰਡਾਂ ਚ ਵੀ ਬੰਦ ਹੋ ਗਏ ਪਿੰਡਾਂ ਚ ਵੀ ਬੰਦ ਹੋ ਗਏ ਹਮ ਹਮ ਕੋਈ ਸਮਾਂ ਸੀ ਪਿੰਡਾਂ ਚ ਬੂਹੇ ਨਹੀਂ ਹੁੰਦੇ ਸੀ ਖੁੱਲਾ ਹੀ ਹੁੰਦਾ ਸੀ ਘਰ ਉਹ ਕਹਿੰਦੇ ਸੀ ਖੁੱਲੇ ਦਿਲਾਂ ਵਾਲਿਆਂ ਦੇ ਘਰ ਖੁੱਲੇ ਹੁੰਦੇ ਆ। ਤੋਂ ਐਡੇ ਖੁੱਲੇ ਘਰ 'ਚ ਸੋਹਣ ਸਿੰਘ ਸੀਤਲ ਵਰਗਾ ਇਤਿਹਾਸਕਾਰ ਪੰਜਾਬ ਦੀ ਹਸਤੀ ਮगन ਵਿਅਸਥ ਆਪਣੀ ਲੇਖਣੀ ਤੇ ਪੜ੍ਹਣੀ ਦੇ ਵਿੱਚ ਤੇ ਮੈਂ ਦੇਖ ਕੇ ਤੇ ਲੰਘ ਗਿਆ। ਅੱਛਾ ਜੀ ਅੰਦਰ ਨਹੀਂ ਗਏ? ਨਹੀਂ ਗਏ। ਨਾ ਹੀ ਮੇਰੀ ਜੁਰਤ ਸੀ ਤੇ ਨਾ ਹੀ ਮੈਨੂੰ ਕੁਦਰਤ ਨੇ ਇਸ ਬਾਬਤ ਦਿੱਤਾ ਜੇ ਮੈਂ ਚਲਾ ਵੀ ਜਾਂਦਾ ਤੇ ਉਹਨਾਂ ਨੇ ਵੇਖਣਾ ਸੀ ਵੀ ਨਿੱਕਾ ਜਿਹਾ ਮੁੰਡਾ ਕੋਈ ਆਇਆ ਮਿਲਣ ਵਾਸਤੇ ਤੇ ਮੈਂ ਉਹਨਾਂ ਦੇ ਦਿਦਾਰ ਕਰਦਾ ਬੈੰਦਾ, ਦੋ ਬੋਲ ਸਾਂਝੇ ਕਰਦਾ ਇੱਕ ਯਾਦ ਦਾ ਇੱਕ ਯਾਦ ਦਾ ਇਤਿਹਾਸ ਬਣਦਾ ਤੇ ਮੈਂ ਉਸਤਾਦ ਲਾਲਚੰਦ ਦੇ ਡੇਰੇ ਨੂੰ ਚਲਾ ਗਿਆ ਕਿ ਲੰਘ ਗਿਆ ਹਾਂ ਬਸ ਇਹ ਮੇਰੇ ਮਨ ਚ ਉਹਨਾਂ ਦੀ ਯਾਦ ਅਜੇ ਵੀ ਉਕਰੀ ਹੋਈ ਹੈ ਠੀਕ ਹੈ ਜੀ ਸੋ ਉਹਨਾਂ ਨੂੰ ਹੁਣ ਅਸੀਂ ਉਹਨਾਂ ਦਾ ਜਿਹੜਾ ਜੀਵਨ ਹੋਇਆ ਢਾਡੀ ਦਾ ਤੇ ਸਾਹਿਤਕਾਰ ਦਾ ਇਹ ਪਹਿਲਾਂ ਢਾਡੀ ਹੋਏ ਕਿ ਪਹਿਲਾਂ ਸਾਹਿਤ ਦੀ ਰਚਨਾ ਸ਼ੁਰੂ ਕੀਤੀ ਉਹਨਾਂ ਨੇ ਪਹਿਲਾਂ ਢਾਡੀ ਹੋਏ ਇਹ ਅੱਛਾ ਜੀ ਛੋਟੀ ਉਮਰ ਦੇ ਵਿੱਚ ਤੁਕਾਂ ਜੋੜਨੀਆਂ ਸ਼ੁਰੂ ਕੀਤੀਆਂ ਔਰ ਜਦੋਂ ਤੁਕਾਂ ਜੋੜਨੀਆਂ ਸ਼ੁਰੂ ਕੀਤੀਆਂ ਫਿਰ ਸਹਿਜੇ ਸਹਿਜੇ ਗुण ਗਾਉਣਾ ਸ਼ੁਰੂ ਕੀਤਾ ਗਨਗਨਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਮਨ ਦੇ ਵਿੱਚ ਆਪ ਮੁਹਾਰੇ ਤਰੰਗਾਂ ਉੱਠਣ ਲੱਗੀਆਂ ਤੇ ਹੋਇਆ ਇਹ ਕਿ ਉਦੋਂ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਉਦੋਂ ਸਿੱਖ ਜਿਹੜੀ ਲਹਿਰ ਇੰਨੀ ਤੇਜ਼ ਨਹੀਂ ਸੀ ਲੋਕਾਂ ਦੇ ਉੱਤੇ ਧਾਰਮਿਕ ਬਿਰਤੀ ਦਾ ਪ੍ਰਭਾਵ ਸੀ ਸਾਡੇ ਧਰਮ ਪ੍ਰਤੀ ਵਿਰਸੇ ਪ੍ਰਤੀ ਜਾਗਰੂਕਤਾ ਸੀ ਸਾਡੇ ਗੁਰੂਆਂ ਪ੍ਰਤੀ ਸਾਡੀ ਯਕੀਨਤ ਸ਼ਰਧਾ ਸਤਕਾਰ ਅਦਬ ਮਨ ਵਿੱਚ ਸੀ ਉਦੋਂ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਲਿਖਣਾ ਤੇ ਫਿਰ ਉਦੋਂ ਇੱਕ ਅਖਬਾਰ ਜਿਹੜੀ ਹੈ ਅਕਾਲੀ ਉਹਦੇ ਵਿੱਚ ਇਹਨਾਂ ਦੀ ਰਚਨਾ ਛਪੀ ਅੱਛਾ ਜੀ ਪਹਿਲੀ ਵਾਰੀ ਜੀ ਉਹ ਰਚਨਾ ਛਪਣ ਤੋਂ ਬਾਅਦ ਹੌਸਲਾ ਵਧਿਆ ਫਿਰ ਇਹਨਾਂ ਨੇ ਚੰਗੇ ਉਸਤਾਦਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਇਹ 47 ਤੋਂ ਪਹਿਲਾਂ ਦੀਆਂ ਗੱਲਾਂ ਨੇ 47 ਤੋਂ ਪਹਿਲਾਂ ਦੀਆਂ ਗੱਲਾਂ ਠੀਕ ਹੈ ਜੀ ਸੋ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਢੱਡ ਸਰੰਗੀ ਨਾਲ ਗਾਇਆ ਸਟੇਜਾਂ ਤੇ ਅੰਤ ਤੱਕ ਕਾਫੀ ਸਮਾਂ ਹੀ ਗਾਉਂਦੇ ਰਹੇ ਬਹੁਤ ਸਮਾਂ ਕਹਿੰਦੇ ਨੇ ਇੱਕ ਵਾਰ ਕਿਸੇ ਨੇ ਸਰੰਗੀ ਵਜਾਉਣ ਤੋਂ ਵੀ ਰੋਕ ਦਿੱਤਾ ਸੀ ਇਹਨਾਂ ਨੂੰ ਰਤਨ ਸਿੰਘ ਬੰਗਾ ਦੀ ਦੱਸ ਪਈ ਅੱਛਾ ਜੀ ਬਈ ਸਰੰਗੀ ਸਿਖਾਉਂਦੇ ਆ ਤੇ ਸੀਤਲ ਸਾਹਿਬ ਨੂੰ ਕੁਲ ਗਏ ਵੀ ਮੈਂ ਸਰੰਗੀ ਸਿੱਖਣੀ ਹੈ ਉਦੋਂ ਨਾ ਬਹੁਤੇ ਫਨਕਾਰ ਕਲਾਕਾਰ ਉਹਨਾਂ ਦੇ ਮਨ ਚ ਖੋਟ ਆ ਜਾਂਦੀ ਸੀ ਈਰਖਾ ਵੀ ਆ ਜਾਂਦੀ ਸੀ ਸਮੇ ਉਹ ਸੀ ਉਹਨੇ ਕਿਹਾ ਮੈਂ ਆਪ ਦਾ ਸ਼ਰੀਕ ਪੈਦਾ ਕਰ ਲੂੰ ਇਹਨੂੰ ਸਰੰਗੀ ਸਿਖਾ ਕੇ ਉਹਨੇ ਨਾ ਕਰ ਦਿੱਤੀ ਅੱਛਾ ਜੀ ਫਿਰ ਚਿਰਾਗ ਅਲੀਦੀਨ ਨੂੰ ਜਾ ਕੇ ਗੁਜ਼ਾਰਸ਼ ਕੀਤੀ ਕਿ ਮਸਰੰਗੀ ਸਿੱਖਣੀ ਹੈ ਫਿਰ ਉਹਨਾਂ ਨੇ ਇਹਨਾਂ ਨੂੰ ਸਰੰਗੀ ਸਿਖਾਈ ਅੱਛਾ ਜੀ ਤੇ ਫਿਰ ਪਹਿਲਾ ਜਥਾ ਬੰਨਿਆ ਉਹਦੇ ਵਿੱਚ ਹਰਨਾਮ ਸਿੰਘ ਗੁਰਚਰਨ ਸਿੰਘ ਤੇ ਅਮਰੀਕ ਸਿੰਘ ਸਾਥੀ ਟੱਡ ਦੇ ਸਰੰਗੀ ਦੇ ਉੱਤੇ ਨਾਲ ਇਹਨਾਂ ਦੇ ਜੀ ਸਾਫ ਦੇਣ ਲੱਗੇ ਪਹਿਲੇ ਜਥੇ 'ਚ ਠੀਕ ਹੈ ਜੀ ਇਹਨਾਂ ਦੇ ਜਿਹੜੀਆਂ ਮੁੱਖ ਕਿਤਾਬਾਂ ਨੇ ਕੁਝ ਜਿਹੜੀਆਂ ਇਹਨਾਂ ਨੇ ਸਾਹਿਦ ਦੀ ਝੋਲੀ ਪਾਈਆਂ ਉਹ ਕਿਹੜੀਆਂ-ਕਿਹੜੀਆਂ ਨੇ ਦੇਖੋ ਇਹਨਾਂ ਨੇ ਕਵਿਤਾ ਵੀ ਲਿਖੀ ਜੀ ਨਾਵਲ ਇਤਿਹਾਸ ਕਮਾਲ ਦੇ ਐ ਦੋ ਨਾਵਲਾਂ ਦੀ ਮੈਂ ਗੱਲ ਕਰੂੰਗਾ ਇਹਨਾਂ ਨੇ ਕਹਾਣੀ ਵੀ ਲਿਖੀ ਇਹਨਾਂ ਨੇ ਇਤਿਹਾਸ ਵੀ ਲਿਖਿਆ ਸਿੱਖ ਰਾਜ ਕਿਵੇਂ ਗਿਆ ਇਤਿਹਾਸ ਵੀ ਲਿਖਿਆ ਹਾਂ ਸਿੱਖ ਰਾਜ ਕਿਵੇਂ ਬਣਿਆ ਦੁਖੀਏ ਮਾਂ ਪੁੱਤ ਮਹਾਰਾਣੀ ਜਿੰਦਾ ਲਿਖਿਆ ਔਰ ਮਾਜਾ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਬੜਾ ਕੰਮ ਕੀਤਾ ਔਰ ਨਿਰੰਤਰ ਲਿਖਦੇ ਰਹੇ ਠੀਕ ਬੜੀਆਂ ਕਿਤਾਬਾਂ ਲਿਖੀਆਂ ਔਰ ਉਹਨਾਂ ਕਿਤਾਬਾਂ ਦੇ ਵਿੱਚੋਂ ਅੱਜ ਵੀ ਸਾਡੀਆਂ ਲਾਇਬ੍ਰੇਰੀਆਂ ਦੇ ਵਿੱਚ ਸਰਦਾਰ ਸੋਹਣ ਸਿੰਘ ਸੀਤਲ ਦੀਆਂ ਕਿਤਾਬਾਂ ਸਾਡਾ ਸ਼ਿੰਗਾਰ ਬਣੀਆਂ ਹੋਈਆਂ ਔਰ ਨਾਵਲਾਂ ਦੇ ਬਾਰੇ ਚ ਤੇ ਹੋਰ ਨਾ ਕਿਤਾਬਾਂ ਦੇ ਬਾਰੇ ਚ ਤੇ ਉਹਨਾਂ ਦੇ ਗੀਤਾਂ ਦੇ ਬਾਰੇ ਚ ਅਸੀਂ ਵੀ ਗੱਲਬਾਤ ਕਰਦੇ ਰਹਿਵਾਂਗੇ ਠੀਕ ਹੈ ਜੀ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੇ ਇਹ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਸੁਣਦੇ ਰਹਿਣਾ ਪ੍ਰੋਗਰਾਮ ਦੇਖਦੇ ਰਹਿਣਾ ਪ੍ਰੋਗਰਾਮ ਕੋਲ ਬੈ ਕੇ ਸੁਣ ਸੱਜਣਾ ਵਿੱਚ ਅੱਜ ਢਾਡੀ ਗਿਆਨੀ ਸੋਹਣ ਸਿੰਘ ਸਿੱਤਲ ਬਾਰੇ ਗੱਲਬਾਤ ਚੱਲ ਰਹੀ ਹੈ ਹਿੰਦਰ ਜੀ ਕਿਤਾਬਾਂ ਦੀ ਗੱਲ ਅਸੀਂ ਕਰ ਰਹੇ ਸਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਕਿਤਾਬਾਂ ਜਿਹੜੀਆਂ ਨੇ ਇਹਨਾਂ ਦੇ ਨਾਵਲ ਜਿਹੜੇ ਨੇ ਜਾਂ ਕਾਵ ਸੰਗ੍ਰਹਿ ਨੇ ਜਾਂ ਢਾਡੀ ਵਾਰਾਂ ਵੀ ਕਹਿੰਦੇ ਇਹਨਾਂ ਨੇ ਲਿਖੀਆਂ ਜਿਨ੍ਹਾਂ ਨੂੰ ਜੇ ਮੈਂ ਗਲਤ ਨਹੀਂ ਤਾਂ ਇਹ ਅਕਸਰ ਇਹ ਕਹਿ ਦਿੱਤਾ ਜਾਂਦਾ ਸੀ ਕਿ ਜਿਹੜੇ ਕੋਈ ਇਹਨੇ ਨਾਮ ਵੱਡ ਢਾਡੀ ਨਹੀਂ ਹਨ ਉਹ ਇਹਨਾਂ ਦੀਆਂ ਕਿਤਾਬਾਂ ਪੜ ਕੇ ਉਹ ਢਾਡੀ ਬਣ ਗਏ ਬਿਲਕੁਲ ਢਾਡੀ ਪ੍ਰਸੰਗਾਂ ਦੀਆਂ ਤਾਂ ਬੇਸ਼ੁਮਾਰ ਕਿਤਾਬਾਂ ਅੱਛਾ ਜੀ ਤੇ ਮੈਂ ਗਿਣਦਾ ਸੀ ਲਿਸਟ ਮੇਰੀ ਇੱਕ ਕਿਤਾਬ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀ ਹੋਈ ਲੋਕ ਗਾਇਕ ਅੱਛਾ ਜੀ ਉਹਦੇ ਚ ਇਹਨਾਂ ਦੀ ਜੀਵਨੀ ਮੈਂ ਛਾਪੀ ਹੋਈ ਹੈ 150 ਕਿਤਾਬਾਂ ਹੁਣ ਤੱਕ ਜਿਨ੍ਹਾਂ ਚ 22 ਨਾਵਲ ਆ ਫਿਰ ਹਿਸਟੋਰੀਕਲ ਕਿਤਾਬਾਂ ਨੇ ਫਿਰ ਜਿਹੜੇ ਦੋ ਨਾਵਲ ਕਮਾਲ ਦੇ ਤੂਤਾਂ ਲਖੂ ਤਾਂ ਸਾਨੂੰ ਆਪ ਸਲੇਬਾਂ ਸਾਂਚ ਲੱਗਿਆ ਰਿਹਾ ਬਿਲਕੁਲ ਔਰ ਤੂਤਾਂ ਲਖੂ ਨਾਵਲ ਜਦੋਂ ਮੈਂ ਨਿੱਕੇ ਹੁੰਦੇ ਨੇ ਪੜਿਆ ਪੜਦਾ ਸੀ ਜਦੋਂ ਸਕੂਲੇ ਉਦੇ ਪਾਤਰ ਅੱਜ ਵੀ ਮਨ ਤੇ ਛਾਪ ਛੱਡ ਗਏ ਸਾਂਝੇ ਮੁਲਕ ਦੀ ਕਹਾਣੀ ਹੈ 47 ਦੀ ਵੰਡ ਦਾ ਦੁਖਾਂਤ ਹੈ 47 ਦੀ ਵੰਡ ਦੇ ਵੇਲੇ ਜੋ ਕੁਝ ਹੁੰਦਾ ਕਿਵੇਂ ਛੱਡ ਕੇ ਪਿੰਡ ਨੂੰ ਜਾਂਦੇ ਆ ਕਿਵੇਂ ਧਾਹਾਂ ਲੇਰਾ ਨਿਕਲਦੀਆਂ ਕਿਵੇਂ ਉਹਨਾਂ ਨੂੰ ਆਪਣੇ ਯਾਦ ਆਉਂਦੇ ਆ ਔਰ ਕਿਵੇਂ ਸਾਂਝੀ ਸੱਤ ਫੱਬਦੀ ਆ ਕਿਵੇਂ वार्तालाਪ ਹੁੰਦੇ ਨੇ ਕਿਵੇਂ ਉਹ ਗੱਲਾਂ ਕਰਦੇ ਨੇ ਯਾਨੀ ਭਾਈਚਾਰ ਕਿਸਾਂਜ ਦੀਆਂ ਤੰਦਾਂ ਨੂੰ ਬੜੇ ਸੋਹਣੇ ਢੰਗ ਨਾਲ ਪਰੋ ਗਰਮਦੀਨ ਤੇ ਸੱਜਣ ਸਿੰਘ ਬੜੇ ਸੋਹਣੇ ਪਾਤਰ ਚਿੱਤਰੇ ਜੀ ਔਰ ਯੁਗ ਬਦਲ ਗਿਆ ਹਮ ਬੜਾ ਵਧੀਆ ਨਾਵਲ ਲਿਖਿਆ ਬਹੁਤ ਸੋਹਣਾ ਜੀ ਔਰ ਉਹਨੂੰ ਭਾਰਤੀ ਸਿਹਤ ਅਕੈਡਮੀ ਨੇ ਪੁਰਸਕਾਰ ਵੀ ਦਿੱਤਾ ਅੱਛਾ ਜੀ 1987 ਦੇ ਵਿੱਚ ਸ਼ਾਇਦ ਉਹਨਾਂ ਨੂੰ ਪੁਰਸਕਾਰ ਮਿਲਿਆ ਇਹ ਜਿਹੜਾ ਮੈਂ ਜ਼ਿਕਰ ਵੀ ਕੀਤਾ ਨਾ 1973 ਚ ਠੀਕ ਹੈ ਜੀ ਭਾਰਤੀ ਸਿਹਤ ਅਕੈਡਮੀ ਦਾ ਠੀਕ ਹੈ ਜੀ ਔਰ ਇਹਦੇ ਤੇ ਦੂਰਦਰਸ਼ਨ ਜਲੰਧਰ ਨੇ ਫਿਲਮ ਵੀ ਬਣਾਈ ਅੱਛਾ ਜੀ ਡਾਕਟਰ ਲਖਵਿੰਦਰ ਜੌਹਲ ਨੇ ਫਿਲਮ ਬਣਾਈ ਤੇ ਉਹ ਫਿਲਮ ਉਲਦੀ ਰਹੀ ਲਗਾਤਾਰ ਲੜੀਵਾਰ ਦੂਰਦਰਸ਼ਨ ਤੇ ਤਰਾਸਦੀ ਕੀ ਹੈ ਕਿ ਦੂਰਦਰਸ਼ਨ ਦੀ ਬਣਾਈ ਫਿਲਮ ਹੋਵੇ ਲੋਕਾਂ ਦੇ ਮਨਾਂ ਚ ਵਸੀ ਹੋਵੇ ਸ਼ਰਮੌਰ ਨਾਵਲਕਾਰ ਦੀ ਭਾਰਤੀ ਸਹਿਤ ਅਕੈਡਮੀ ਦਾ ਉਹ ਪੁਰਸਕਾਰ ਹਾਸਲ ਹੋਇਆ ਹੋਵੇ ਜਦੋਂ ਪ੍ਰੋਡਿਊਸਰ ਜਹਲ ਉਥੋਂ ਬਦਲ ਗਿਆ ਜੀ ਕਿਤੇ ਹੋਰ ਬਦਲੀ ਹੋ ਗਈ ਜਲੰਧਰ ਤੋਂ ਤੇ ਉਹ ਫਿਲਮ ਸੁਰੱਖਿਅਤ ਕਰਨ ਦੀ ਬਜਾਏ ਕਿ ਉਹਨੂੰ ਪ੍ਰਜ਼ਰਵ ਕਰ ਲਿਆ ਜਾਏ ਉਸ ਸ਼੍ਰੇਣੀ ਚ ਰੱਖ ਲਈ ਜਾਏ ਜਦੋਂ ਉਹ ਬਦਲ ਕੇ ਵਾਪਸ ਆਇਆ ਤੇ ਆ ਕੇ ਉਹ ਦੇਖਿਆ ਤੇ ਉਹ ਫਿਲਮ ਡਿਲੀਟ ਹੋ ਚੁੱਕੀ ਸੀ ਜਾਂ ਗਾਇਬ ਸੀ ਉੱਥੇ ਬੜੀ ਮਾੜੀ ਗੱਲ ਹੈ ਤਰਸਦੀ ਹੈ ਤਰਸਦੀ ਹੈ ਇਦਾਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸੈਂਕੜੇ ਉਦਾਹਰਨਾਂ ਕਿ ਪੰਜਾਬ ਦੇ ਵੱਡੇ ਵੱਡੇ ਲੇਖਕਾਂ ਕਲਾਕਾਰਾਂ ਦੀਆਂ ਜੀਵਨੀਆਂ ਤੇ ਡਾਕੂਮੈਂਟਰੀਆਂ ਫਿਲਮਾਂ ਕਹਾਣੀਆਂ ਜੋ ਬਣਿਆ ਸੀਗਾ ਬਹੁਤ ਸਾਰਾ ਉਸਰਮਾਇਆ ਚਲਾ ਗਿਆ ਔਰ ਮੈਂ ਅੱਜ ਵੀ ਯਾਦ ਕਰਦਾ ਜੇ ਪਨੀਤ ਸੈਗਲ ਵਰਗਾ ਡਾਇਰੈਕਟਰ ਅੱਜ ਹੋਵੇ ਜਿਹੜਾ ਹੁਣ ਹੈ ਇਹ ਇਹ ਵਿਰਸੇ ਦੀਆਂ ਤੰਦਾਂ ਇਹ ਵਿਰਾਸਤ ਨੂੰ ਸਾਂਭ ਸਕਣ ਦੇ ਯੋਗ ਲੋਕ ਹੈ ਇਹ ਸਾਂਭ ਸਕਦੇ ਸੀ ਠੀਕ ਹੈ ਜੀ ਯਾਨੀ ਸਹੁਣ ਸਿੰਘ ਸੀਤਲਵਾਰੇ ਇਹ ਵੀ ਕਿਹਾ ਜਾਂਦਾ ਕਿ ਪੜ੍ਹੇ ਲਿਖੇ ਸਨ ਉਹ ਹਾਂ ਉਹਨਾਂ ਦੀ ਐਜੂਕੇਸ਼ਨ ਵੀ ਚੰਗੀ ਸੀ ਤੇ ਕਈ ਭਾਸ਼ਾਵਾਂ 'ਤੇ ਉਹਨਾਂ ਨੂੰ ਅਬੂਰ ਹਾਸਲ ਸੀ ਹਾਂ ਹਾਂ ਉਹਨਾਂ ਜਿਹੜੀ ਉਹਨਾਂ ਦੀ ਦ੍ਰਿਸ਼ਟੀ ਹੈ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਬਈ ਤੁਸੀਂ ਇੰਨੀਆਂ ਇਹਨੇ ਗਿਆਤਾ ਕਿਵੇਂ ਬਣੇ ਇੰਨੀ ਤੁਹਾਨੂੰ ਤੀਖਣ ਬੁੱਧੀ ਕਿੱਥੋਂ ਪ੍ਰਾਪਤ ਹੋਈ ਤੇ ਉਹ ਕਹਿੰਦੇ ਸੀ ਵੀ ਇਹ ਸਾਰਾ ਅਭੂਰ ਹਾਸਲ ਗਿਆਨ ਵਾਨ ਹੋਣਾ ਮਨੁੱਖ ਦੇ ਆਪਣੇ ਵੱਸ ਹੈ ਬਿਲਕੁਲ ਠੀਕ ਔਰ ਉਹ ਕਹਿੰਦੇ ਸੀ ਕਿ ਜਦੋਂ ਮੈਂ ਲੋਕਾਂ ਦੀ ਕਚਹਿਰੀ ਚ ਲੋਕਾਂ ਦੇ ਪੰਡਾਲ ਚ ਲੋਕਾਂ ਦੀ ਅਦਾਲਤ ਚ ਲੋਕਾਂ ਦੀ ਯੂਨੀਵਰਸਿਟੀ ਚ ਲੋਕਾਂ ਦੇ ਸਕੂਲ ਚ ਗਿਆ ਔਰ ਉਥੋਂ ਮੈਨੂੰ ਲੋਕਾਂ ਦਾ ਜੀਵਨ ਅਨੁਭਵ ਲੋਕਾਂ ਦੀ ਭਾਸ਼ਾ ਸ਼ੈਲੀ ਬੋਲੀ ਸਭ ਕੁਝ ਮਿਲਿਆ ਤੇ ਫਿਰ ਉਹਨੂੰ ਮੈਂ ਆਪਣੇ ਅਭਿਆਸ ਨਾਲ ਤੇ ਮੁਹਾਵਰੇ ਨਾਲ ਸੋਧਿਆ ਸਾਧਿਆ ਫਿਰ ਅੱਗੇ ਉਹ ਉਪਜਿਆ ਵਿਗਸਿਆ ਬਿੰਸਿਆ ਮਤਲਬ ਸਭ ਤੋਂ ਵੱਡੇ ਕਹਿੰਦੇ ਵੀ ਤੁਹਾਡੇ ਕੋਲੇ ਵਿਦਿਆ ਬਹੁਤ ਹੁੰਦੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਪਰ ਇਹਨੂੰ ਤੁਸੀਂ ਵਰਤਨਾ ਤੇ ਸਾਹਮਣਾ ਉਪਯੋਗ ਕਿਵੇਂ ਕਰਨਾ ਇਹ ਉਹ ਲੋਕਾਂ ਨਾਲ ਸਿਰ ਸਿੱਟਾ ਦਿੰਦੇ ਸੀ ਸੇਹਰਾ ਦਿੰਦੇ ਸੀ ਉਹਨਾਂ ਦਾ ਕਿਉਂਕਿ ਜਨਮ ਵੰਡ ਤੋਂ ਕਾਫੀ ਸਮਾਂ ਪਹਿਲਾਂ ਹੋਇਆ ਸੀ ਤੇ ਵਾਵਾ ਹੋਸ਼ ਸੀ ਉਹਨਾਂ ਨੂੰ ਔਰ ਚੰਗੀ ਉਮਰ ਸੀ ਹਾਂ ਪਰ ਉਹਨਾਂ ਨੇ ਜੋ ਦੁਖਾਂਤ ਪਿੰਡੇ ਤੇ ਹਟਾਇਆ ਹੋਵੇਗਾ ਜ਼ਾਹਿਰਾ ਤੌਰ ਤੇ ਉਧਰੋਂ ਚੱਲ ਕੇ ਆਏ ਨੇ ਔਰ ਵੇਖਿਆ ਹੋਵੇਗਾ ਉਹਨਾਂ ਨੂੰ ਬੜੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਚਿਤਵਿਆ ਔਰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਤੇ ਇਹ ਬੜਾ ਵੱਡਾ ਐਕਸਪੀਰੀਅੰਸ ਹੈ ਉਹਨਾਂ ਲਈ ਇਹ ਬਹੁਤ ਉਹਨਾਂ ਦੇ 47 ਦਾ ਪ੍ਰਭਾਵ ਬਹੁਤ ਨਜ਼ਰ ਆਉਂਦਾ ਉਹਨਾਂ ਦੀਆਂ ਗੱਲਾਂ 'ਚ ਉਹਨਾਂ ਪਾਤਰਾਂ ਨੂੰ ਜਿਨ੍ਹਾਂ 'ਚ ਰਹੇ ਜਿੱਥੇ ਜਨਮੇ ਜਿੱਥੇ ਜਵਾਨ ਹੋਏ ਹੈਨਾ 1907 'ਚ ਪੈਦਾ ਹੋ ਕੇ ਤੇ 47 40 ਸਾਲ ਉਮਰ ਸੀ ਉਹਨਾਂ ਦੀ ਜਦੋਂ 47 ਪਿਆ ਬਿਲਕੁਲ ਤੇ 40 ਸਾਲ ਦੀ ਉਮਰ ਤਾਂ ਬਹੁਤ ਹੁੰਦੀ ਹੈ ਬਹੁਤ ਹੁੰਦੀ ਹੈ ਤਾਂ ਉਹਨਾਂ ਨੇ ਜੋ ਵੇਖਿਆ ਉਸ ਵੇਲੇ ਹੰਡਾਇਆ ਉਸ ਨੂੰ ਉਹਨਾਂ ਨੇ ਆਪਣੇ ਉਹ ਬੰਦਿਆਂ ਨੂੰ ਭੁਲਾ ਨਹੀਂ ਸਕੇ 99 ਸਾਲ ਦੀ ਉਮਰ ਤੱਕ ਵੀ ਆਪਣੇ ਯਾਰਾਂ ਨੂੰ ਆਪਣੇ ਬੇਲੀਆਂ ਨੂੰ ਆਪਣੇ ਕਰਦਾਰਾਂ ਨੂੰ ਆਪਣੇ ਪਿੰਡ ਨੂੰ ਆਪਣੇ ਪਿੰਡ ਦੇ ਵਾਤਾਵਰਣ ਨੂੰ ਪਿੰਡ ਦੇ ਸੱਭਿਆਚਾਰ ਨੂੰ ਪਿੰਡ ਦੀ ਸਾਂਝ ਨੂੰ ਉਹ ਤਿਆਗ ਨਹੀਂ ਸ ਇਹ ਹੁੰਦਾ ਨਹੀਂ ਕਦੇ ਮਨ ਚੋਂ ਡਿਲੀਟ ਨਹੀਂ ਹੁੰਦਾ ਬੰਦੇ ਦੇ ਉਹ ਯਾਦ ਕਰਦੇ ਰਹੇ ਉਹਨਾਂ ਦੀ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਤ ਹੋ ਰਹੀ ਸੀ ਤੇ ਉਹ ਚ ਸੁਰਜੀਤ ਪਾਤਰ ਸਾਡੇ ਪਦਮਸ਼ਰੀ ਸ਼ਾਇਰ ਉਹਨਾਂ ਦੀ ਵੋਇਸ ਓਵਰ ਆ ਪਿੱਛੇ ਇੱਕ ਦੇਖੋ ਕਿੰਨਾ ਵੱਡਾ ਸ਼੍ਰੋਮਣੀ ਦਾ ਢਾਡੀ ਤੇ ਨਾਵਲਕਾਰ ਉਹਦੇ ਤੇ ਫਿਲਮ ਚ ਵੀ ਇੱਕ ਵੱਡੇ ਬੰਦੇ ਦੀ ਵੋਇਸ ਓਵਰ ਲਈ ਗਈ ਬਿਲਕੁਲ ਬਿਲਕੁਲ ਉਹਦੇ ਵਿੱਚ ਵੀ ਉਹ ਕਹਿੰਦੇ ਮੈਂ ਅੱਜ ਵੀ ਉੱਥੇ ਪਾਕਿਸਤਾਨ ਵਾਲੇ ਪੰਜਾਬ ਚ ਤੇ ਉਸੇ ਪਿੰਡ ਚ ਮੇਰਾ ਸਾਹ ਵਗਦਾ ਦਿਲ ਧੜਕਦਾ ਬਿਲਕੁਲ ਜੀ ਸੋ ਉਹਨਾਂ ਨੇ ਜਿਹੜਾ ਸਫ਼ਰ ਅਰੰਭਿਆ ਹੈ ਉਹ ਦੇ ਰੇਡੀਓ ਵਲ ਵੀ ਉਹ ਆਏ ਤੇ ਰੇਡੀਓ ਤੇ ਆਮ ਬੰਦੇ ਨੂੰ ਐਂਟਰੀ ਮਿਲਦੀ ਨਹੀਂ ਸੀ ਹੂੰ ਇਹ ਉਹਨਾਂ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਪਿਆ ਲੋਕਾਂ ਤੇ ਤੇ ਉਹਨਾਂ ਦੇ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦਾ ਨਿਖਾਰ ਆਇਆ ਜਾਂ ਕੀ ਬਦਲਾਅ ਆਇਆ ਇਸ ਦੇ ਨਾਲ ਦੇਖੋ ਜਦੋਂ 47 ਦੇ ਵਿੱਚ ਇਧਰ ਆਉਂਦਾ ਬੰਦਾ ਪਹਿਲਾਂ ਤਾਂ ਆ ਕੇ ਬੰਦਾ ਟੁੱਟ ਜਾਂਦਾ ਜਦੋਂ ਆਪਾਂ ਦਰਖਤ ਜਾਂ ਪੌਦਾ ਇੱਕ ਥਾਂ ਤੋਂ ਦੂਜੀ ਥਾਂ ਲਾਉਣੇ ਪਟ ਕੇ ਤੇ ਉਹਨੇ ਫਿਰ ਦੁਬਾਰਾ ਜੜਾਂ ਲਾਉਣੀਆਂ ਹੁੰਦੀਆਂ ਫਿਰ ਇੱਥੇ ਆ ਕੇ ਉਹਨਾਂ ਨੂੰ ਸੱਜੇ ਸੱਜੇ अनुभव ਹੋਇਆ ਗਿਆਨ ਹੋਇਆ ਉਦੋਂ ਕਿਤੇ ਰੇਡੀਓ ਸ਼ੁਰੂ ਹੋ ਗਿਆ 48 ਦੇ ਵਿੱਚ ਕਰਤਾਰ ਸਿੰਘ ਦੁੱਗਲ ਪਹਿਲਾ ਡਾਇਰੈਕਟਰ ਬਣਿਆ ਜਦੋਂ ਸੀਤਲ ਸਾਹਿਬ ਦੀ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਜਿਲੰਦਰ ਚ ਪਹੁੰਚ ਹੁੰਦੀ ਹੈ ਆਮਦ ਹੁੰਦੀ ਹੈ ਉਥੇ ਇਹ ਢਾਡੀਵਾਰਾਂ ਗਾਉਣੀਆਂ ਸ਼ੁਰੂ ਕਰਦੇ ਨੇ ਤਾਂ ਇਹਨਾਂ ਦੀ ਪੰਜਾਬ ਦੇ ਵਿੱਚ ਪਰਫੁੱਲਤਾ ਪ੍ਰਸਿੱਧੀ ਤੇ ਪ੍ਰਤਿਭਾ ਉਹ ਫੈਲਣੀ ਸ਼ੁਰੂ ਹੋਈ ਕਿ ਸੋਹਣ ਸਿੰਘ ਸੀਤਲ ਤੇ ਉਹਨਾਂ ਦਾ ਜਥਾ ਜਿਹੜਾ ਹੈ ਉਹ ਢਾਡੀਵਾਰਾਂ ਪੇਸ਼ ਕਰੇਗਾ ਫਿਰ ਲੋਕੀ ਬੜੇ ਕੰਨ ਧਿਆਨ ਨਾਲ ਲਾ ਕੇ ਰੇਡੀਓ ਵੱਲ ਸੀਤਲ ਦੀਆਂ ਵਾਰਾਂ ਵਿੱਚ ਜੋਸ਼ ਹੁੰਦਾ ਸੀ ਜਜ਼ਬਾ ਹੁੰਦਾ ਸੀ ਔਰ ਜ਼ਹਿਨ ਹੁੰਦਾ ਸੀ ਦਿਮਾਗ ਨਾਲ ਲਿਖੀਆਂ ਹੁੰਦੀਆਂ ਸਨ ਔਰ ਲੋਕਾਂ ਦੇ ਵਾਸਤੇ ਧਾਰਮਿਕਤਾ ਜਿਹੜੀ ਸੀ ਸਾਡੇ ਗੁਰੂਆਂ ਪੀਰਾਂ ਦੀ ਮਹਿਮਾ ਸੀ ਔਰ ਇੱਕ ਬੰਦਾ ਸੁਣ ਕੇ ਵਜਦ ਵਿੱਚ ਆ ਜਾਂਦਾ ਸੀ ਜੋਸ਼ ਵਿੱਚ ਆ ਜਾਂਦਾ ਸੀ ਫਿਰ ਸੀਤਲ 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 ਹੋ ਗਈ ਫਿਰ ਬਾਅਦ ਚ ਇਹ ਦੂਰਦਰਸ਼ਨ ਤੇ ਵੀ ਗਾਉਂਦੇ ਰਹੇ ਅਸੀਂ ਅੱਗੇ ਚੱਲ ਕੇ ਪ੍ਰੋਗਰਾਮ 'ਚ ਜ਼ਿਕਰ ਕਰਾਂਗੇ ਜੋ ਉਹਨਾਂ ਨੇ ਸਟੇਜ ਤੇ ਨਾ ਲੰਬਾ ਸਮਾਂ ਗਾਇਆ ਕੁਝ ਇੱਕ ਘਟਨਾਵਾਂ ਗੱਲਾਂਬਾਤਾਂ ਵੀ ਉਹ ਵੀ ਕਰਾਂਗੇ ਜੇ ਕਿਤਾਬਾਂ ਦੀ ਅਸੀਂ ਗੱਲ ਕਰੀਏ ਤਾਂ ਕਿੰਨੀਆਂ ਕੋ ਕਿਤਾਬਾਂ ਜਿਹੜੀਆਂ ਨੇ ਨੇ ਕੋ ਲਿਖੀਆਂ ਹੁਣ ਕੋ ਅੰਦਾਜ਼ਾ ਹੈ ਜੀ ਹਾਂ 150 ਕਿਤਾਬ ਤਾਂ ਬਣਦੀ ਐ ਨਾ ਜਦੋਂ ਆਪਾਂ ਪੋਟਿਆਂ ਤੇ ਗਿਣਦੇ ਆ ਇਹਨਾਂ ਦੀਆਂ ਕਿਤਾਬਾਂ ਕੱਢ ਕੇ ਸੂਚੀ ਅੱਛਾ ਜੀ ਔਰ 150 ਦੇ ਵਿੱਚੋਂ 22 ਨਾਵਲ ਐ ਫਿਰ 3 ਗੀਤਾਂ ਦੀਆਂ ਫਿਰ ਇਤਿਹਾਸਕ ਐ ਜਿਵੇਂ ਸਿੱਖ ਰਾਜ ਕਿਵੇਂ ਗਿਆ ਕਿਵੇਂ ਬਣਿਆ ਨਾ ਮਹਾਰਾਣੀ ਜਿੰਦਾ ਤੇ ਐ ਦੁਖੀਏ ਮਾਪਦੇ ਹੋਰ ਬੜੀਆਂ ਕਿਤਾਬਾਂ ਠੀਕ ਹੈ ਜੀ ਅਸੀਂ ਇਹਨਾਂ ਕਿਤਾਬਾਂ ਬਾਰੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਕਰਨੀਏ ਇੱਕ ਬ੍ਰੇਕ ਤੋਂ ਬਾਅਦ ਕਰਾਂਗੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਸੋਨ ਸਿੰਘ ਸ਼ੀਤਲ ਜੀ ਦੇ ਬਾਰੇ ਪ੍ਰੋਗਰਾਮ ਚੱਲ ਰਿਹਾ ਹੈ ਕੋਲਵੈਕ ਦੇ ਸੋਨ ਸੱਜਣਾ ਵਿੱਚ ਤੇ ਨਿੰਦਰ ਜੀ ਹੁਣ ਇਹਨਾਂ ਦੇ ਗੀਤਾ ਦੀ ਵੀ ਗੱਲ ਕਰੀਏ ਕੁਛ ਹਮ ਗੀਤ ਵੀ ਕਹਿੰਦੇ ਲਿਖੇ ਇਹਨਾਂ ਨੇ ਜਿਹੜੇ ਕਾਫੀ ਮਕਬੂਲ ਹੋਏ ਉਹਨਾਂ ਬਾਰੇ ਸਾਨੂੰ ਦੱਸੋ ਬੱਚੇ-ਬੱਚੇ ਨੇ ਸੁਣਿਆ ਹਮ ਮਮਸਤੀਕ ਨੇ ਗਾਇਆ ਹੋਇਆ ਰਣਜੀਤ ਕੌਰ ਨੇ ਮਲਕੀ ਭਰਦੀ ਪਈ ਸੀ ਖੂਹ ਦੇ ਉੱਤੇ ਪਾਣੀ ਤੇ ਕੀਮਾ ਕੋ ਲਾ ਕੇ ਬੇਨਤੀ ਕੀਤੀ ਇਹਨਾਂ ਤਾਂ ਲਿਖਿਆ ਹੋਇਆ ਹੈ ਜੀ ਹਾਂ ਤੇ ਲੱਗਦਾ ਲੋਕ ਗੀਤ ਆ ਬਿਲਕੁਲ ਹਨਾ ਇੰਨਾ ਹਰਮਨ ਪਿਆਰਾ ਅਮਰ ਹੋ ਗਿਆ ਅਮਰ ਹੋ ਗਿਆ ਫਿਰ ਤਾਂ ਪਤਾ ਨਹੀਂ ਕਿੰਨਿਆਂ ਨੇ ਇਹਨੂੰ ਗਾਇਆ ਤੇ ਗੀਤਾਂ ਦਾ ਸ਼ੌਕ ਸੀ ਭਾਬੀ ਮੇਰੀ ਗੁੱਤ ਨਾ ਕਰੀ ਇਹ ਕੇ ਇਹਨਾਂ ਦਾ ਗੀਤ ਸੀਗਾ ਫਿਰ ਆਪਣਾ ਅੱਜ ਸਾਡੇ ਉਹ ਸੌਣਾ ਦੋਖਤਾ ਭੰ ਗੀਤਾਂ ਦੀਆਂ ਇਹਨਾਂ ਦੀਆਂ ਹੈਗੀਆਂ ਅੱਛਾ ਜੀ ਹਾਂ ਕਿਉਂਕਿ ਇੱਕ ਢਾਡੀ ਹੋਣ ਦੇ ਨਾਤੇ ਗੀਤ ਦਾ ਉਹਣਾ ਸੁਭਾਅਕ ਸੀ ਬਿਲਕੁਲ ਕਿਉਂਕਿ ਗੀਤ ਸੰਗੀਤ ਨਾਲ ਵਾ ਬਸਾਜਾ ਨਾਲ ਵਬਸਤੀ ਸੀਗੀ ਹਮਮ ਠੀਕ ਹੈ ਨਾ ਇਸ ਕਰਕੇ ਗੀਤ ਵੀ ਬੜੇ ਸੋਹਣੇ ਲਿਖੇ ਧਾਰਮਿਕ ਗੀਤ ਬੜੇ ਆਏ ਇਹਨਾਂ ਦੇ ਇਹ ਕਹਦੇ ਵਿੱਚ ਕਿਤਾਬਾਂ ਚ ਕਿਸੇ ਰਤੋਕੇ ਪਿੰਡ ਦੇ ਵਿੱਚ ਕਿਸੇ ਖਾਸ ਘਟਨਾ ਦਾ ਤੁਸੀਂ ਜ਼ਿਕਰ ਕਰ ਰਹੇ ਸੋ ਮੈਂ ਬਾਬਾ ਬੀਰ ਸਿੰਘ ਦੇ ਮੇਲੇ ਉੱਤੇ ਇਤਿਹਾਸਕ ਮੇਲੇ ਤੇ ਰਤੋਕੇ ਇਹਨਾਂ ਨੇ ਨਾ 1936 ਚ ਗਿਆ ਅੱਛਾ ਜੀ ਔਰ 36 ਦੇ ਵਿੱਚ ਜਦੋਂ ਗਿਆ ਤੇ ਇੰਨੀ ਦੁਨੀਆ ਆਈ ਇਤਿਹਾਸ ਦੇ ਥਾਂ ਦੇ ਇਤਿਹਾਸਕ ਥਾਂ ਸੀ ਔਰ ਦੁਨੀਆ ਦਾ ਰਸ ਬੜਾ ਚ ਉੱਥੇ ਇਹਨਾਂ ਨੇ ਭਾਸ਼ਣ ਦਿੱਤਾ ਜਸ਼ੀਲਾ ਤੇ ਵਾਰਾਂ ਗਾਈਆਂ ਇਕਦਮ ਸਮਾ ਖੜ ਗਿਆ ਅੱਛਾ ਜੀ ਲੋਕਾਂ ਤੇ ਬਹੁਤ ਅਸਰ ਹੋਇਆ ਇੰਨਾ ਅਸਰ ਹੋਇਆ ਕਿ ਲੋਕਾਂ ਨੇ ਸ਼ੀਤਲ ਮਹਿਮਾ ਸ਼ੀਤਲ ਮਹਿਮ ਸ਼ੀਤਲ ਸ਼ੀਤਲ ਕਰਨਾ ਸ਼ੁਰੂ ਕਰ ਦਿੱਤਾ ਉਥੋਂ ਇਹਨਾਂ ਦੀ ਮੰਗ ਵਧ ਗਈ ਵੀ ਜੇ ਸਦਨਾ ਤਾਂ ਉਹਨਾਂ ਨੂੰ ਸਾਦੋ ਮੇਰੇ ਨਾਲ ਦੇਸ਼ਵੰਡ ਤੋਂ ਪਹਿਲਾਂ ਦੀ ਗੱਲ ਹੈ 1936 ਤਾ ਉਥੋਂ ਜਿਹੜੀ ਨਾ ਉਸ ਦੀਵਾਨ ਦੀ ਜਿਹੜੀ ਕਰਨੀ ਹੈ ਉਹ ਬੜੀ ਲਾਹੇਵੰਦੀ ਸਿੱਧ ਹੋਈ ਇਹ ਆਪ ਦੱਸਦੇ ਹੁੰਦੇ ਸੀਗੇ ਆਪਣੀਆਂ ਕਈ ਇਹਨਾਂ ਦੀ ਦੇਖੀ ਮਾਣੀ ਦੁਨੀਆ ਕਿਤਾਬ ਹੈ ਸਵੈਜੀਵਨੀ ਬਿਲਕੁਲ ਉਹਦੇ ਵਿੱਚ ਵੀ ਬੜਾ ਸੋਹਣਾ ਜ਼ਿਕਰ ਇਹਨਾਂ ਨੇ ਇਹਨਾਂ ਗੱਲਾਂ ਦਾ ਕੀਤਾ ਹੋਇਆ ਠੀਕ ਹੈ ਜੀ ਤੇ ਹੁਣ ਕੋਈ ਇਹਨਾਂ ਦੀ ਤੁਸੀਂ ਦੱਸ ਰਹੇ ਸੌ ਕੇ ਗੱਡੀ ਜੋ ਜ ਸੁਣਦੇ ਹੁੰਦੇ ਸੀ ਲੋਕ ਹੂੰ ਉਸ ਤੇ ਬਾਰੇ ਉਹ ਇੱਕ ਤੇ ਗੁੰਗੁਣਾ ਕੇ ਸੁਣਾਓ ਤੇ ਦੱਸੋ ਕੀ ਹੈ ਉਹ ਕਿਸ ਤਰ੍ਹਾਂ ਲਿਖੀ ਤੇ ਉਹ ਤਾਂ ਬੜੀ ਮਸ਼ਹੂਰ ਹੋਈ ਸੀ ਆਵੇ ਮੇਰੀ ਕਿਤਾਬ ਚ ਮੈਂ ਇਹਨੂੰ ਪਾਇਆ ਵਾ ਯੂਨੀਵਰਸਿਟੀ ਵਾਲੀ ਚ ਜੀ ਇਹ ਤਾਂ ਗੱਡੀ ਜਿਹੜੀ ਸੀ ਨਾ ਇਹ ਤਾਂ ਬਹੁਤ ਮਸ਼ਹੂਰ ਰਚਨਾ ਹੈ ਤੁਸੀਂ ਜਿੰਨੇ ਵੀ ਆਪਣੀ ਉਮਰ ਦੇ ਸਾਰੇ ਇਹਨਾਂ ਸੁਣਿਆ ਹੋਣਾ ਉਦੋਂ ਜੀ 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 ਗੱਡੀ ਦੀ ਤਰਜ਼ ਤੇ ਸੀ ਜਿਹੜਾ ਕੁੰਗੜਾ ਕੇ ਸੁਣਾਉਸਾਂ ਗੱਡੀ ਪਾਰ ਕੇ ਸਪੈਸ਼ਲ ਤੋਰੀ ਅੰਮ੍ਰitsar ਸ਼ਹਿਰ ਦੇ ਵਿੱਚੋਂ ਗੱਡੀ ਪਾਰ ਕੇ ਪਾਰ ਕੇ ਸਪੈਸ਼ਲ ਤੋਰੀ ਅੰਮ੍ਰitsar ਸ਼ਹਿਰ ਦੇ ਵਿੱਚੋਂ ਜਿਹਦੇ ਵਿੱਚ ਸੀ ਵਿੱਚ ਸੀ ਪੈਨਸ਼ਨੀ ਕੈਦੀ ਕੈਦ ਕੀਤੇ ਗੁਰੂ ਬਾਗ ਚੋਂ ਜੀ ਦੇ ਵਿੱਚ ਸੀ ਵਾਹ ਵਾਹ ਪੰਜੇ ਸਾਹਿਬ ਦੀ ਸੰਗਤ ਨੇ ਸੁਣਿਆ ਪੰਜੇ ਸਾਹਿਬ ਦੀ ਪੰਜੇ ਸਾਹਿਬ ਦੀ ਸੰਗਤ ਨੇ ਸੁਣਿਆ ਸੇਵਾ ਦਾ ਪ੍ਰੇਮ ਜਾਗਿਆ ਚਾਹ ਦੁੱਧ ਤੇ ਚਾਹ ਦੁੱਧ ਤੇ ਪਦਾਰਥ ਮੇਵੇ ਲੈ ਕੇ ਪੁਜਿਟੇਸ਼ਨ ਤੇ ਚਾਹ ਦੁੱਧ ਤੇ ਬਹੁਤ ਬਹੁਤ ਖੂਬ ਮਤਲਬ ਤਾਂ ਅੱਜ ਰੰਗੀ ਦੇ ਨਾਲ ਇਹ ਫਿਰ ਜਦੋਂ ਗਾਉਂਦੇ ਸੀ ਇਹ ਰਚਨਾ ਨੂੰ ਤੇ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈ ਗੁਰੂ ਕੇ ਬਾਗ ਦੇ ਮੋਰਚੇ ਦਾ ਜ਼ਿਕਰ ਗੁਰੂ ਕੇ ਬਾਗ ਦੇ ਮੋਰਚੇ ਦਾ ਦ੍ਰਿਸ਼ ਪੈਦਾ ਕਰ ਦਿੰਦੇ ਸੀ ਇਹ ਠੀਕ ਹੈ ਜੀ ਇਹਨਾਂ ਨੇ ਬਹੁਤ ਕੁਝ ਲਿਖਿਆ ਬਹੁਤ ਕੁਝ ਗਾਇਆ ਔਰ ਜਿਹੜਾ ਇਹਨਾਂ ਦੇ ਉਸ ਕਿਸੇ ਸਮਕਾਲੀ ਲੋਕਾਂ ਨਾਲ ਵਾਹ ਰਿਹਾ ਹੋਵੇਗਾ ਜਿਵੇਂ ਕਿ ਤੁਸੀਂ ਦਸਰੇ ਸਭ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਿ 우ਸਤਾਦ ਲਾਲਚੰਦ ਜਮਲਾ ਜੱਟ ਤੇ ਲੱਗੇ ਰਹਿੰਦੇ ਸਨ ਇਹ ਗੋਂਡੀ ਸਨ ਤੇ ਉਹਨਾਂ ਨਾਲ ਵਾਹ ਵਾਸਤਾ ਇਹਨਾਂ ਦਾ ਕਿਹੋ ਜਿਹਾ ਰਿਹਾ ਬੜੇ ਸੋਹਣੇ ਸਬੰਧ ਰਹੇ ਅਸੀਂ ਇੱਥੇ ਇੱਕ ਫੋਟੋ ਵੀ ਦਿਖਾ ਰਹੇ ਹਾਂ ਆਪਣੇ ਦਰਸ਼ਕਾਂ ਨੂੰ 우ਸਤਾਦ ਜਮਲਾ ਜੱਟ ਨਾਲ ਸੋਨ ਸਿੰਘ ਸੀਤਲ ਸਾਹਿਬ ਬੈਠੇ ਹੋਏ ਐ ਔਰ ਵਧੀਆ ਸਬੰਧ ਸੀ ਤੇ 우ਸਤਾਦ ਜੀ ਇਹਨਾਂ ਦੀ ਬੜੀ ਕਦਰ ਕਰਦੇ ਸੀਗੇ ਉਮਰ ਵਿੱਚ ਵੀ ਸੀਤਲ ਸਾਹਿਬ ਥੋੜੇ ਜਿ ਪਾ ਮੈਂ ਵੱਡੇ ਸੀ ਤੇ ਉਧਰੋਂ ਪਾਕਿਸਤਾਨੋਂ ਆਏ ਸੀ ਉਧਰੋਂ ਉਸਤਾਦ ਜੀ ਹੋਰੇ ਵੀ ਪਾਕਿਸਤਾਨੋਂ ਆਏ ਸੀ ਤੇ ਖਾਸ ਕਰਕੇ ਜਦੋਂ ਸੰਗਰੂਰ ਅਕਾਲੀ ਕਾਨਫਰੰਸ ਹੋਈ ਆਜ਼ਾਦੀ ਤੋਂ ਬਾਅਦ ਉਹਦੇ ਵਿੱਚ ਗਿਆਨੀ ਕਰਤਾਰ ਸਿੰਘ ਦਰਵੇਸ਼ ਸਾਬਕਾ ਮੰਤਰੀ ਜਸਪੀਰ ਸਿੰਘ ਹੋਏ ਜਿਹੜੇ ਕਾਂਗਰਸ ਦੇ ਉਹਨਾਂ ਦੇ ਪਿਤਾ ਜੀ ਸੀ ਅੱਛਾ ਜੀ ਉਹਨਾਂ ਨੇ ਸਟੇਜ ਦੇ ਉੱਤੇ ਜਿਹੜਾ ਹੈ ਜਮਲਾ ਜੀ ਨੂੰ ਸੱਦਿਆ ਰਾਮ ਨਰਾਇਣ ਸਿੰਘ ਦਰਦੀ بڑے ਵੱਡੇ ਸਾਡੇ ਸ਼੍ਰੋਮਣੀ ਕਵੀ ਹੋਏ ਜਿਨ੍ਹਾਂ ਨੇ ਜਮਲਾ ਜੀ ਨੂੰ ਠਾਰ ਦਿੱਤੀ ਇੱਥੇ ਅੱਛਾ ਜੀ ਬਾਗ ਚ ਮਾਲੀ ਰੱਖਿਆ ਸੀ ਦਰਦੀ ਵੀ ਸਟੇਜੀ ਕਵੀ ਸੀ ਸਿੱਖ ਕੌਮ ਦੀਆਂ ਸਟੇਜਾਂ ਤੇ ਜਾਂਦੇ ਸੀ ਤੇ ਦਰਦੀ ਸਾਹਿਬ ਨਾਲ ਜਮਲਾ ਜੀ ਗਾਉਣ ਗਏ ਉੱਥੇ ਤੇ ਕਰਤਾਰ ਸਿੰਘ ਦਰਵੇਸ਼ ਉੱਥੇ ਬੈਠੇ ਤੇ ਸਟੇ ਸੈਕਟਰੀ ਸਰਦਾਰ ਸੋਹਣ ਸਿੰਘ ਸੀਤਲ ਸੀ ਵਾਹ ਵਾਹ ਉਸ ਪ੍ਰੋਗਰਾਮ ਦੇ ਤੇ ਉਹਨਾਂ ਨੇ ਗਾਇਆ ਜਮਲਾ ਜੀ ਨੇ ਔਰ ਧਾਰਮਿਕ ਗੀਤ ਸੀਗਾ ਤੇ ਉਹੋ ਗਾਉਂਦਿਆਂ-ਗਾਉਂਦਿਆਂ ਤੂੰਬੇ ਦੀ ਤਾਰ ਟੁੱਟ ਗਈ ਅੱਛਾ ਜੀ ਤੇ ਤਾਰ ਬੜਾ ਸੰਗਤਾਂ ਦਾ ਬਹੁਤ ਇਕੱਠ ਤੇ ਜਦੋਂ ਤਾਰ ਟੁੱਟ ਗਈ ਤੇ ਮਤਲਬ ਕੱਚਾ ਪੈ ਗਿਆ ਕੰਮ ਗਾਉਣੇ ਵਾਲੇ ਦਾ ਵੀ ਸਵਾਦ ਮਾਰਿਆ ਗਿਆ ਸੁਣਨ ਵਾਲਿਆਂ ਦਾ ਸਵਾਦ ਵੀ ਮਾਰਿਆ ਗਿਆ ਤੇ ਸੀਤਲ ਸਾਹਿਬ ਕਹਿੰਦੇ ਤੂੰ ਘਮਰਾ ਨਾ ਕੋਈ ਗੱਲ ਨਹੀਂ ਅੱਛਾ ਜੀ ਤੇ ਦਰਦੀ ਸਾਹਿਬ ਕਹਿੰਦੇ ਗਿਆਨੀ ਦਰਵੇਸ਼ ਕਹਿੰਦੇ ਦਰਦੀ ਸਾਹਿਬ ਨੂੰ ਵੀ ਯਾਰ ਇਹਦੀ ਤਾਂ ਆਵਾਜ਼ ਹੀ ਬੜੀ ਪਿਆਰੀ ਹੈ ਇੰਨੇ ਤਾਂ ਇੰਨੇ ਚ ਹੀ ਸਾਨੂੰ ਰਜਾਤਾ ਕੋਮਲ ਜਾਨਾਂ ਸ਼ਹਿਨ ਸ਼ਾਦੀਆਂ ਹੱਥ ਬੇਦਰਦਾਂ ਦੇ ਆਈਆਂ ਗਾਰਾ ਚੂਨਾ ਇਕੱਠਾ ਕੀਤਾ ਇਟਾਂ ਵਿੱਚ ਰਲਾਈਆਂ ਜੋ ਸਾਹਿਬਜ਼ਾਦਿਆਂ ਨੂੰ ਨੀਂਹ ਚ ਚਣਿਆ ਗਿਆ ਉਦੋਂ ਦੀ ਗਾਥਾ ਜਿਹੜੀ ਸੀ ਉਸਤਾਦ ਜੀ ਨੇ ਗਾਈ ਸੀ ਤੋਂ ਸੋਨ ਸਿੰਘ ਸੀਤਲ ਨੇ ਬੜਾ ਹੌਸਲਾ ਦਿੱਤਾ ਸੀ ਤੇ ਇਹ ਉਸਤਾਦ ਜੀ ਆਪਦੀਆਂ ਮੁਲਾਕਾਤਾਂ 'ਚ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਸੀ ਢਾਡੀ ਦੇ ਤੌਰ ਤੇ ਤਾਂ ਤੁਸੀਂ ਉਹਨਾਂ ਨੂੰ ਬਹੁਤ ਜਿਹੜਾ ਜਿਵੇਂ ਉਹਨਾਂ ਬਾਰੇ ਦੱਸਿਆ ਕਿ ਉਹਨਾਂ ਨੇ ਬਹੁਤ ਖੂਬਸੂਰਤ ਗਾਇਆ ਔਰ ਜਿਵੇਂ ਜੁਸ਼ੀਲੀਆਂ ਵੀ ਲਿਖੀਆਂ ਔਰ ਕੁਝ ਆਪਣੇ ਪਿੰਡੇ ਤੇ ਹੜਾਈਆਂ ਹੋਈਆਂ ਗੱਲਾਂ ਬਿਆਨ ਵੀ ਕੀਤੀਆਂ ਉਹਨਾਂ ਨੇ ਸਾਹਿਦਕਾਰ ਦੇ ਤੌਰ ਤੇ ਤੁਸੀਂ ਉਹਨਾਂ ਨੂੰ ਕਿੱਥੇਕ ਵੇਖਦੇ ਹੋ ਬਾਕੀ ਸਾਹਿਤਕਾਂ ਦੇ ਮੁਕਾਬਲ ਤਾਂ ਉਹ ਇੱਕ ਵਾਰਤਕ ਕਾਰਵੀਸ਼ੀ ਅੱਛਾ ਜੀ ਵਾਰਤਾ ਲਿਖਨ ਦੀ ਭਾਰਤ ਉਹਨਾਂ ਨੂੰ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਦਾ ਵੀ ਆਪਾਂ ਸਮਕਾਲੀ ਕਹਿ ਸਕਦੇ ਹਾਂ ਉਹਨਾਂ ਦੀ ਸ਼੍ਰੇਣੀ ਦੇ ਵਿੱਚ ਜਿਵੇਂ ਵਾਰਤਕਾਰਾਂ ਚ ਪ੍ਰੀਤ ਲੜੀ ਦਾ ਨਾਮ ਆਉਂਦਾ ਨਾਨਕ ਸਿੰਘ ਨਾਵਲਕਾਰ ਦਾ ਨਾਮ ਆਉਂਦਾ ਤਾਂ ਸੋਹਣ ਸਿੰਘ ਸੀਤਲ ਦਾ ਨਾਮ ਵੀ ਇਹਨਾਂ ਚੁਣੀਂਦਾ ਪੰਜ ਸੱਤ ਪੰਜਾਬ ਦੀਆਂ ਵੱਡੀਆਂ ਹਸਤੀਆਂ ਦੇ ਵਿੱਚ ਉਹਨਾਂ ਦਾ ਨਾਮ ਆ ਜਾਂਦਾ ਠੀਕ ਹੈ ਜੀ ਔਰ ਇੱਕ ਲੋਕ ਬਿੰਬ ਸੀ ਜੇ ਕਿਸੇ ਪਿੰਡ ਚ ਸੋਹਣ ਸਿੰਘ ਨਾਮ ਦਾ ਬੰਦਾ ਤੇ ਉਹਨੂੰ ਕਹਿੰਦੇ ਕਿਵੇਂ ਸੀਤਲ ਕਿਵੇਂ ਸੀਤਲ ਸਾਹਿਬ ਯਾ ਠੇਠ ਬੋਲੀ ਚ ਕਹਿਣਾ ਹੁੰਦਾ ਕਿਵੇਂ ਸੀਤਲਾ ਮੁਹਾਵਰਾ ਬਣ ਗਿਆ ਮੁਹਾਵਰਾ ਬਣ ਗਿਆ ਤੇ ਬੜੇ ਲੰਬਾ ਸਮਾਂ ਪੰਜਾਬ ਦੇ ਲੋਕ ਉਹਨਾਂ ਦੇ ਦਰਸ਼ਨ ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ ਤੇ ਕਰਦੇ ਰਹੇ ਹਨ ਉਹਨਾਂ ਨੇ ਗਿਆ ਉੱਥੇ ਕਾਫੀ ਬਹੁਤ ਕਿਉਂਕਿ ਜਸੋਵਾਲ ਸਾਹਿਬ ਦੇ ਨੇੜੇ ਤਾਂ ਸੀ ਨੇੜੇ ਹੀ ਰਹਿਸ਼ ਸੀ ਗੁਰਦੇਵ ਨਗਰ ਤੇ ਮਾਡਲ ਟਾਊਨ ਨੇੜੇ ਨੇੜੇ ਸੀ ਜੀ ਤਾਂ ਉਹ ਉਹਨਾਂ ਨੂੰ ਮੱਲੋ ਮੱਲੀ ਲੈ ਕੇ ਜਾਂਦੇ ਸੀ ਤੇ ਕਈ ਵਾਰੀ ਸਟੇ ਸੈਕਟਰੀ ਆਪ ਜਸੋਵਾਲ ਹਟਾ ਕੇ ਪਾਸੇ ਸਟੇ ਸਖਤਰ ਨੂੰ ਸੀਤਲ ਜੀ ਬਾਰੇ ਆਪ ਬੋਲਦੇ ਸੀ ਕਿ ਇਹ ਪੰਜਾਬ ਦਾ ਹੀਰਾ ਜਿਨੇ ਸਾਨੂੰ ਤੂਤਾਂ ਵਾਲਖੂ ਯੁੱਗ ਬਦਲ ਗਿਆ ਨਾਵਲ ਦਿੱਤੇ ਤੇ ਨਾਲ ਸਾਨੂੰ ਢਾਡੀ ਵਾਰਾਂ ਦਿੱਤੀਆਂ ਸਾਨੂੰ ਢਾਡੀ ਪ੍ਰਸੰਗ ਦਿੱਤੇ ਸਾਡੀ ਗਾਇਨ ਸ਼ੈਲੀ ਜਿਹੜੀ ਆ ਧਾਰਮਿਕ ਉਹਨੂੰ ਨਵੀਂ ਰੰਗਤ ਦਿੱਤੀ ਤੇ ਐਸ ਬੰਦੇ ਦੇ ਦਰਸ਼ਨ ਕਰੋ ਤੇ ਸੁਣੋ ਤੇ ਫਿਰ ਸ਼ੀਤਲ ਸਾਹਿਬ ਤੇ ਉਹਨਾਂ ਦਾ ਜੱਥਾ ਜਿਹੜਾ ਹੈ ਲੰਬਾ ਸਮਾਂ ਉੱਥੇ ਮੋਹਨ ਸਿੰਘ ਮੇਲੇ ਤੇ ਅੱਜ ਵੀਡੀਓ ਵੀ ਸਾਡੇ ਕੋਲੇ ਹੈਗੀਆਂ ਜਿੱਥੇ ਉਹ ਗਾਉਂਦੇ ਰਹੇ ਤੇ ਉਹਨਾਂ ਨੂੰ ਪੁਰਸਕਾਰਤ ਵੀ ਮੋਨ ਸਿੰਘ ਮੇਲੇ ਤੇ ਕੀਤਾ ਸੀ ਬਹੁਤ ਵਧੀਆ ਜੀ ਇੱਕ ਮੇਰਾ ਸਵਾਲ ਤੁਹਾਨੂੰ ਤਕਰੀਬਨ ਜਦੋਂ ਤੁਸੀਂ ਹਰ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਲੈ ਕੇ ਆਉਂਦੇ ਹੋ ਗੱਲਬਾਤ ਖਾਸ ਤੌਰ ਤੇ ਪੁਰਾਣਿਆਂ ਬਾਰੇ ਤੇ ਮੇਰਾ ਸਵਾਲ ਹੁੰਦਾ ਹੈ ਇਹੋ ਤੇ ਮੈਂ ਇਹਨਾਂ ਬਾਰੇ ਵੀ ਕਰਾਂਗਾ ਅੱਜ ਕੱਲ ਤੇ ਜਿਵੇਂ ਜਿਹੜੇ ਗਾਇਕ ਨੇ ਜਾਂ ਇਸ ਖੇਤਰ ਨਾਲ ਜੁੜੇ ਹੋਏ ਲੋਕ ਨੇ ਡਾਲਰਾਂ ਤੇ ਪੌਂਡਾਂ ਦੀ ਚੱਕਾ ਚੌਂ ਤੇ ਬਹੁਤ ਮਾਇਆ ਦਾ ਪਸਾਰਾ ਹੈ ਤੇ ਇਹ ਜਿਹੜੇ ਲੋਕ ਸਨ ਪਹਿਲਾਂ ਜਿਹੜੇ ਹੋਏ ਨੇ ਜਨਾਨੇ ਇੰਨੀ ਮਿਹਨਤ ਵੀ ਕੀਤੀ ਐ ਨਾਮ ਕਮਾਇਆ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੀਡੀਆ ਦਾ ਸਮਾਂ ਹੀ ਨਹੀਂ ਸੀ ਹਾਂ ਔਰ ਇੱਕ ਵਨ ਵੇ ਕਮਿਊਨੀਕੇਸ਼ਨ ਵਾਲਾ ਰੇਡੀਓ ਹੀ ਸੀ ਬਿਲਕੁਲ ਔਰ ਕਿਤਾਬਾਂ ਸੀ ਪੜਨ ਵਾਲੇ ਇੰਨੇ ਨਹੀਂ ਸਨ ਫੇਰ ਵੀ ਉਹਨਾਂ ਲੋਕਾਂ ਨੇ ਨਾਮਣਾ ਖਟਿਆ ਇਹਨਾਂ ਦੀ ਆਰਥਿਕ ਹਾਲਤ ਜਿਹੜੀ ਆ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿਸ ਤਰ੍ਹਾਂ ਦੀ ਰਹੀ ਔਰ ਇਸ ਤਰ੍ਹਾਂ ਦਾ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਕਿ ਨਹੀਂ ਮਿਲਿਆ ਇੱਕ ਹੁੰਦਾ ਇਹ ਬੰਦੇ ਇਹ ਜਿਹੜੀ ਸ਼੍ਰੈਣੀ ਆ ਨਾ ਇਹਨਾਂ ਬੰਦਿਆਂ ਦੀ ਮਤਲਬ ਥੋੜਾ ਖਾ ਕੇ ਵੀ ਰਚ ਜਾਂਦੇ ਸੀ ਇਹ ਬੰਦੇ ਗੁਜ਼ਾਰਾ ਸਾਦਗੀ ਚ ਕਰਦੇ ਰਹੇ ਤਾਂ ਇਹਨਾਂ ਨੂੰ ਪੈਸੇ ਪੂਸੇ ਦੀ ਬਹੁਤੀ ਭੁੱਖ ਨਹੀਂ ਸੀ ਜੋ ਮਿਲਿਆ ਤੇlfloor ਪ੍ਰਵਾਨ ਕਰ ਲਿਆ ਹੁਣ ਤਾਂ ਐਗਰੀਮੈਂਟ ਹੁੰਦਾ ਪਹਿਲਾ ਐਗਰੀਮੈਂਟ ਕਰਦੇ ਆ ਸ਼ੋਅ ਤੇ ਚੜਨ ਤੋਂ ਪਹਿਲਾਂ ਅੱਧੇ ਪੈਸੇ ਡਾਲਰ ਪਹਿਲਾਂ ਅੱਧੇ ਬਾਅਦ ਚ ਮਤਲਬ ਝਾਕ ਤੇ ਸੁਤਾ ਉੱਥੇ ਹੀ ਹੈ ਉੱਥੇ ਹੀ ਇਹਨਾਂ ਦੀ ਝਾਕ ਤੇ ਸੁਤਾ ਲੋਕਾਂ ਵੱਲੀ ਹੁੰਦੀ ਸੀ ਬਈ ਸਾਨੂੰ ਸੁਣਨ ਕਿੰਨੀ ਦੁਨੀਆ ਆਈ ਹੈ ਸਾਨੂੰ ਮਾਨਣ ਕਿੰਨੀ ਦੁਨੀਆ ਆਈ ਹੈ ਅਸੀਂ ਲੋਕਾਂ ਦਾ ਮਨੋਰੰਜਨ ਕਿਵੇਂ ਕਰਨਾ ਹੈ ਕੋਈ ਖਾਲੀ ਮਨ ਨਾਲ ਨਾ ਜਾਏ ਸਾਨੂੰ ਸੁਣ ਕੇ ਲੋਕ ਭਰੇ ਮਨ ਨਾਲ ਜਾਣ ਕਿ ਅਸੀਂ ਸੋਹਣ ਸਿੰਘ ਸੀਤਲ ਨੂੰ ਸੁਣ ਕੇ ਆਏ ਆ ਅਸੀਂ ਲਾਲਚੰਦ ਜਮਲੇ ਜੱਟ ਨੂੰ ਸੁਣ ਕੇ ਆਏ ਆ ਇਹਨਾਂ ਲੋਕਾਂ ਦੀ ਸੁਤਾ ਜਿਹੜੀ ਹੈ ਨਾ ਉਹ ਲੋਕਾਂਵਲੀ ਸੀਗੀ ਨਾ ਕਿ ਪੈਸੇਵਲੀ ਸੀਗੀ ਇਸ ਕਰਕੇ ਸੀਤਲ ਜੀ ਦਾ ਗੁਜ਼ਾਰਾ ਜਿਹੜਾ ਸੀ ਉਹ ਠੀਕ ਠਾਕ ਚੱਲਦਾ ਰਿਹਾ ਕਦੇ ਕੋਈ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਆਉਂਦਾ ਕਿ ਜਿੱਥੇ ਨੇ ਕਿਸੇ ਤੋਂ ਪੈਸਿਆਂ ਦੀ ਮੰਗ ਕੀਤੀ ਹੋਵੇ ਠੀਕ ਹੈ ਜੀ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਆਂ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਸੋਨ ਸਿੰਘ ਸੀਤਲ ਦੇ ਬਾਰੇ ਕੁਝ ਖਾਸ ਗੱਲਾਂ ਬਤਾਜੇ ਬਾਕੀ ਨੇ ਜਿਹੜੀਆਂ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਕਰਾਂਗੇ ਸੋਨ ਸਿੰਘ ਸੀਤਲ ਜੀ ਦੇ ਬਾਰੇ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਨਿੰਦਰ ਜੀ ਹੂੰ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਜਾਂ ਉਹਨਾਂ ਬਾਰੇ ਜਿੰਨਾ ਪੜ੍ਹਿਆ ਸੁਣਿਆ ਵੇਖਿਆ ਉਹਨਾਂ ਨੇ ਧਾਰਮਿਕ ਰੰਗਤ ਕਾਫੀ ਦਿੱਤੀ ਹੈ ਤੇ ਸਿੱਖ ਕੌਮ ਦੀਆਂ ਸਮੱਸਿਆਵਾਂ ਵੀ ਇਹਨਾਂ ਦਾ ਦਰਦ ਵੀ ਕਿਉਂਕਿ 47 ਦੀ ਵੰਡ ਜਿਹੜੀ ਹੈ ਇਹਨਾਂ ਦੇ ਮੋਢਿਆਂ ਉੱਤੇ ਲੰਗੀ ਹੈ ਸਿੱਖ ਕੌਮ ਦੇ ਜਿਵੇਂ ਪੰਜਾਬ ਸਾਹਿਬ ਦੀ ਵੀ ਗੱਲ ਤੁਸੀਂ ਕੀਤੀ ਹੈ ਤੇ ਗੁਰਦੁਆਰੇ ਵੀ ਵਿਛੜ ਗਏ ਤੇ ਇਹ ਬੜੀ ਕਾਫੀ ਵੱਡੀ ਦੇਣ ਨਹੀਂ ਬਾਕੀ ਸਾਹਿਤਕਾਰਾਂ ਦੇ ਮੁਕਾਬਲੇ ਉਹਨਾਂ ਨੂੰ ਸਿੱਖ ਕੌਮ ਸਿੱਖ ਕੌਮ ਪ੍ਰਤੀ ਜਿਵੇਂ ਸਿੱਖ ਰਾਜ ਕਿਵੇਂ ਗਿਆ ਉਸ ਵਿੱਚ ਜਿਹੜਾ ਦਰਦ ਝਲਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਵੇਂ ਰਾਜ ਖਿੰਡ ਪੁੰਡ ਗਿਆ ਸਿੱਖਾਂ ਦਾ ਅਸਲ 'ਚ ਇਹ ਬੰਦਾ ਹੈ ਇਨਸਾਨ ਹੈ ਹਸਤੀ ਜਿੰਨੀ ਮਤਲਬ ਇਸ ਵਿਸ਼ੇ ਦੇ ਨੇੜੇ ਸੀ ਜਾਂ ਜਿੰਨੀ ਇਸ ਵਿਸ਼ੇ ਦੇ ਵਿੱਚ ਡੀਪਲੀ ਇਨਵੋਲਵ ਸੀ ਮਤਲਬ ਸਿੱਖ ਕੌਮ ਦਾ ਦਰਦ ਸਿੱਖ ਕੌਮ ਦੀ ਪਦਾਇਸ਼ ਸਿੱਖ ਕੌਮ ਦੀ ਤਰਾਸ ਦੀ ਸਿੱਖ ਕੌਮ ਦੀ ਦੇਣ ਕੰਟਰੀਬਿਊਸ਼ਨ ਸਿੱਖ ਕੌਮ ਦੀ ਮਹਿਮਾ ਸਿੱਖ ਕੌਮ ਦੀ ਮਹੱਤਤਾ ਸਿੱਖ ਕੌਮ ਦਾ ਵਿਸ਼ਵ ਦੇ ਵਿੱਚ ਕਿੰਨਾ ਮਹੱਤਵ ਸਥਾਨ ਔਰ ਕਿੰਨਾ ਵਿਸ਼ੇਸ਼ਟ ਸਥਾਨ ਹੈ ਇਹਦੇ ਬਾਰੇ ਬਹੁਤ ਚੌਕਸ ਤੇ ਬਹੁਤ ਜੀਨੀਅਸ ਆਦਮੀ ਸੀ ਚੀਤਲ ਸਾਹਿਬ ਠੀਕ ਹੈ ਜੀ ਔਰ ਵੇਖੋ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਦੋ ਇੰਪੋਰਟੈਂਟ ਕਿਤਾਬਾਂ ਜਿਹੜੇ ਪੰਜਾਬੀ ਮਾਂ ਬੋਲੀ ਦੇ ਸੱਚੇ ਸਪੂਤ ਆ ਉਹਨਾਂ ਦੇ ਘਰਾਂ ਚ ਅੱਜ ਵੀ ਸਾਨੂੰ ਲਾਇਬ੍ਰੇਰੀ ਚੋਂ ਮਿਲ ਜਾਂਦੀਆਂ ਮਿਲ ਜਾਂਦੀਆਂ ਹੂੰ ਹੂੰ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰ ਦਲੀਪ ਸਿੰਘ ਬਾਰੇ ਪੂਰੇ ਦਾ ਪੂਰਾ ਇਹਨਾਂ ਦਾ ਨਾਵਲ ਹੈਗਾ ਮਹਾਰਾਜਾ ਰਣਜੀਤ ਸਿੰਘ ਬਾਰੇ ਰਾਣੀ ਜਿੰਦਾ ਬਾਰੇ ਪੂਰੀ ਦੀ ਪੂਰੀ ਤਾਬ ਹੈ ਗਿਆ ਦੁਖੀਏ ਮਾਪੁੱਤ ਵੀ ਉਹਦੇ ਚ ਉਪਜੀ ਆ ਫਿਰ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਸਾਡੇ ਪਹਿਲਾਂ ਗੁਰੂਆਂ ਪੀਰਾਂ ਤੋਂ ਸਿੱਖ ਗੁਰੂਆਂ ਤੋਂ ਲੈ ਕੇ ਰਾਜਿਆਂ ਤੱਕ ਦਾ ਸਫ਼ਰ ਉਸ ਤੋਂ ਬਾਅਦ ਜਦੋਂ ਗਾਉਣਾ ਸ਼ੁਰੂ ਕੀਤਾ ਢਾਡ ਸਾਰੰਗੀ ਦੇ ਨਾਲ ਉਦੋਂ ਜਿਹੜਾ ਵਖਿਆਨ ਸੀ ਨਾ ਉਹ ਕਿਤੇ ਬਣਿਆ ਬਣਾਇਆ ਨਹੀਂ ਸੀ ਇਹਨਾਂ ਨੂੰ ਉਤਰਦਾ ਉਹਦੇ ਚ ਅਭਿਆਸ ਤੇ ਨਾਲ ਪ੍ਰਮਾਨ 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 ਦੇ ਨਾਲ ਮਤਲਬ ਇੱਕ ਜੋਸ਼ ਰੇਡੀਓ ਦੇ ਉੱਤੇ ਜਦੋਂ ਮੈਂ ਇਹਨਾਂ ਨੂੰ ਸੁਣਿਆ 82 ਵਾਰ ਗਾਉਂਦੇ ਹੁੰਦੇ ਸੀਗੇ ਸਾਢੇ 4 ਵਾਲਾ ਪ੍ਰੋਗਰਾਮ ਜਾਂ ਢਾਈ ਵਾਲੇ ਪ੍ਰੋਗਰਾਮ ਦੇ ਵਿੱਚ ਦੁਪਹਿਰੇ ਤਾਂ ਉਦੋਂ ਲੋਕੀ ਢਾਟ ਸਰੰਗੀ ਨਾਲੋਂ ਸੋਨ ਸਿੰਘ ਸੀਤਲ ਦੀ ਜਿਹੜੀ ਰਵਾਨੀ ਹੈ ਸ਼ਬਦਾਂ ਦੇ ਵਿੱਚ ਜਾਂ ਜੋਸ਼ ਭਰਦੀ ਹੈ ਉਹਨੂੰ ਸੁਣਨਾ ਵੱਧ ਪਸੰਦ ਉਹਨੂੰ ਸੁਣਨਾ ਵੱਧ ਪਸੰਦ ਕਰਦੇ ਸੀਗੇ ਠੀਕ ਹੈ ਜੀ ਇਹਨਾਂ ਨੇ ਇਹਨਾਂ ਲਿਖਿਆ ਇਹਨਾਂ ਗਾਵਿਆ ਤੇ ਕਿਸ ਤਰ੍ਹਾਂ ਦੇ ਮਾਣ ਸਨਮਾਨ ਜਿਵੇਂ ਤੁਸੀਂ ਇੱਕ ਕੇਂਦਰੀ ਸਾਹਿਤ ਅਕਾਦਮੀ ਦਾ ਇੱਕ ਪੁਰਸਕਾਰ ਤੇ ਤੁਸੀਂ ਦੱਸਿਆ ਉਹ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਇਹਨਾਂ ਨੂੰ ਮਿਲਿਆ ਉਹ ਮਿਲਿਆ ਇਹਦੇ ਤੇ ਆਪਣੇ ਤੇ ਯੋਗ ਬਦਲ ਗਿਆ ਦੇ ਉੱਤੇ ਠੀਕ ਹੈ ਜੀ ਔਰ ਵੱਡੀ ਗੱਲ ਇਹ ਮੈਂ ਤੁਹਾਨੂੰ ਦੱਸਦਾ ਤੁਸੀਂ ਹੈਰਾਨ ਹੋਵੋਗੇ ਇਹ 73 ਚ ਮਿਲਿਆ ਇਹ ਪੁਰਸਕਾਰ ਜੀ ਤੇ ਸਾਡੀ ਪੰਜਾਬ ਸਰਕਾਰ ਜਿਹੜੀ ਹੈ ਇਹ ਦਿੰਦੀ ਹੈ ਸ਼੍ਰੋਮਣੀ ਢਾਡੀ ਪੁਰਸਕਾਰ ਹਰ ਸਾਲ ਅੱਛਾ ਜੀ ਪੰਜਾਬ ਦੇ ਵਿੱਚ अच्छा जी। ਪਛਾਪ ਵਿਭਾਗ ਪੰਜਾਬ ਵੱਲੋਂ। اچھا ਜੀ। 73 ਚ ਤਾਂ ਭਾਰਤੀ ਸਿਹਤ ਅਕੈਡਮੀ ਦਾ ਰਾਸ਼ਟਰੀ ਪੁਰਸਕਾਰ ਮਿਲ ਜਾਂਦਾ ਹੈ। ਠੀਕ। ਤੇ ਸਾਡੀ ਸਰਕਾਰ ਜਿਹੜੀ ਹੈ ਪੰਜਾਬ ਦੀ ਉਹ ਉਹਨਾਂ ਨੂੰ ਜਿਹੜਾ ਪੁਰਸਕਾਰ ਹੈਗਾ 1982 ਚ ਦਿੰਦੀ ਹੈ। ਠੀਕ ਹੈ ਜੀ। ਕਿੰਨੇ ਸਾਲ ਮਗਰੋਂ? ਜੀ। ਠੀਕ ਹੈ ਨਾ। ਮਤਲਬ ਇਹ ਵੱਡੀ ਗੱਲ ਸੀ। ਇਹ ਅਕਸਰ ਅਸੀਂ ਲੇਟ ਹੋ ਜਾਂਦੇ ਆ। ਅਸੀਂ ਤਾਂ ਮੇਰਾ ਖਿਆਲ ਆ ਜਿਵੇਂ ਸਰਿੰਦਰ ਕੌਰ ਨੇ ਕਿਹਾ ਸੀ ਵੀ ਤੂੰ ਮੇਰੀ ਕਿਤਾਬ ਪਹਿਲਾਂ ਹੀ ਲਿਖਣਾ ਆ ਗਿਆ। ਇਹ ਤੇ ਜਦੋਂ ਕੋਈ ਮਰ ਜਾਂਦਾ ਉਦੋਂ ਕਿਤਾਬ ਲਿਖਾਉਂਦੇ ਆ ਠੀਕ ਹੈ ਨਾ ਠੀਕ ਹੈ ਜੀ ਔਰ ਇਹ ਕਿੰਨਾ ਲੇਟ ਦਿੱਤਾ ਫੇਰ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਨੇ ਵੀ ਲੇਟ 1979 ਚ ਸਿੱਖ ਢਾਡੀ ਗਾਇਕ ਦਾ ਪੁਰਸਕਾਰ ਇਹਨਾਂ ਨੂੰ ਇਹਨਾਂ ਨੇ ਦਿੱਤਾ ਐਸਜੀਪੀਸੀ ਨੇ ਤੇ ਮੋਹਨ ਸਿੰਘ ਮੇਲੇ ਵਾਲਿਆਂ ਨੇ ਦਿੱਤਾ ਪੁਰਸਕਾਰ ਸਰਵੋਤਮ ਢਾਡੀ ਦਾ ਜੀ ਤੋਂ ਕਹਿਣ ਤੋਂ ਪਹਿਵਾ ਉਹ ਸੀਤਲ ਸਾਹਿਬ ਵਰਗੀਆਂ ਹਸਤੀਆਂ ਨੂੰ ਕੋਈ ਮਾਨਨਾ ਸਨਮਾਨਾ ਦੀ ਜਾਂ ਪ੍ਰਮਾਣਿਕਤਾ ਦੀ ਭੁੱਖ ਨਹੀਂ ਹੁੰਦੀ ਨਾ ਹੀ ਕੋਈ ਲੋੜ ਸੀ ਤੇ ਕੁਝ ਸੰਸਥਾਵਾਂ ਜਦੋਂ ਸਨਮਾਨ ਕਰਦੀਆਂ ਨੇ ਤਾਂ ਉਹ ਪ੍ਰਮਾਣ ਜ਼ਰੂਰ ਕਰ ਦਿੰਦੀਆਂ ਕਿ ਇਸ ਬੰਦੇ ਨੇ ਸਮਾਜ ਵਾਸਤੇ ਐਨਾ ਕੰਮ ਕੀਤਾ ਜਿਵੇਂ ਕਿ ਤੁਸੀਂ ਦੱਸਿਆ ਕਿ ਵਡੇਰੀ ਉਮਰ ਉਹ ਭੋਗ ਕੇ ਗਏ ਨੇ ਕਿਸ ਸੰਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਔਰ ਔਰ ਕਿਸ ਤਰ੍ਹਾਂ ਦਾ ਉਹਨਾਂ ਨੇ ਜੀਵਨ ਭੋਗਿਆ ਤੇ ਅਸੀਂ ਦੱਸਿਆ ਤੇ ਜ਼ਾਹਿਰ ਹੈ ਕਿ ਬਜ਼ੁਰਗ ਸਨ ਉਸ ਦੀ ਉਸ ਵੇਲੇ ਦਾ ਸਾਨੂੰ ਥੋੜਾ ਜਿਹਾ ਜ਼ਿਕਰ ਕਰੋ ਓਹ ਵਧੀਆ ਹਰੀ-ਪਰੀ ਉਮਰ ਭੋਗੀ ਜੀ 23 ਸਤੰਬਰ 1998 ਅੱਛਾ ਜੀ ਉਹ ਚਲਾਣਾ ਕਰ ਗਏ ਤੇ ਮੈਂ ਬੜੇ ਦੁੱਖ ਨਾਲ ਇਹ ਗੱਲ ਦੱਸਦਾ ਕਿ ਸਿੱਖ ਕੌਮ ਦਾ ਐਡਾ ਹੀਰਾ ਸਾਡੇ ਤੋਂ ਗਿਆ ਜੀ ਔਰ ਉਸ ਹੀਰੇ ਦੇ ਵਿਦਾਇਗੀ ਦੇਣ ਵਾਸਤੇ ਸਾਡੀ ਸਿੱਖ ਕੌਮ ਦਾ ਕੋਈ ਵੀ ਵੱਡਾ ਲੀਡਰ ਕੋਈ ਵੀ ਮੰਤਰੀ ਮੁੱਖ ਮੰਤਰੀ ਉਹ ਸਮਾਉ ਕਿਤੇ ਨਹੀਂ ਬੋੜਿਆ ਕਿ ਜਿਹੜੇ ਬੰਦੇ ਨੇ ਆਪਦਾ ਸਾਹ ਇੱਕ ਇੱਕ ਪਲ ਆਪਣਾ ਇੱਕ ਇੱਕ ਸਾਹ ਜਿਹੜਾ ਹੈ ਉਹ ਸਾਡੀ ਕੌਮ ਦੇ ਲਿਖਣ ਵਾਸਤੇ ਲਾਤਾ ਪੰਜਾਬ ਦੇ ਸਭਿਆਚਾਰ ਨੂੰ ਸਮਰਪਿਤ ਕੀਤਾ ਉਹਨੂੰ ਅਸੀਂ ਵਿਦਿਆਗੀ ਦੇਣੀ ਹੈ ਤੇ ਨਹੀਂ ਗਏ ਤੇ ਅਸੀਂ ਇੱਕ ਤਸਵੀਰ ਦਿਖਾ ਰਹੇ ਹਾਂ ਇਹਦੇ ਵਿੱਚ ਜਗਦੇਵ ਸਿੰਘ ਜਸਵਾਲ ਉਹਨਾਂ ਦੀ ਅਰਥੀ ਨੂੰ ਮੋਢਾ ਦੇ ਰਹੇ ਹੈ ਅੱਛਾ ਜੀ ਤਾਂ ਇਹ ਗੱਲ ਜਸਵਾਲ ਸਾਹਿਬ ਨੇ ਵੀ ਮੈਨੂੰ ਦੱਸੀ ਸੀ ਤੇ ਮੈਂ ਇੱਕ ਥਾਂ ਤੇ ਲਿਖੀ ਸੀ ਕਿ ਸਾਡੇ ਇੱਥੇ ਲੋਕ ਜਿਹੜੇ ਆ ਨਾ ਉਹ ਬਹੁਤ ਬੇਕਦਰੀ ਕਰਦੇ ਆ ਮੈਨੂੰ ਸੀਤਲ ਸਾਹਿਬ ਦਾ ਵੀ ਯਾਦ ਆਉਂਦਾ ਉਹ ਮੈਂ ਤੁਹਾਨੂੰ ਸੁਣਾਉਣਾ ਤੇ ਸੀਤਲ ਸਾਹਿਬ ਨੇ ਖੁਦ ਹੀ ਬੜਾ ਸੋਹਣਾ ਲਿਖਿਆ ਤੇ ਅਖੇ ਸੀਤਲ ਸਦਾ ਜਹਾਨ ਤੇ ਜੀਵੰਦਾ ਏ ਜੀ ਦਾ ਮਰ ਗਿਆ ਦੇ ਪਿੱਛੇ ਜਸ ਹੋਵੇ ਵਾ 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 ਅੱਜ ਅਸੀਂ ਜਸ ਕਰ ਰਹੇ ਹਾਂ ਅਸੀਂ ਜਸ ਕਰ ਰਹੇ ਹਾਂ ਆਪਾਂ ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਆਪਾਂ ਉਹਨਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਦੀ ਦੇਣ ਬਾਰੇ ਉਹਨਾਂ ਦੇ ਕੰਟਰੀਬਿਊਸ਼ਨ ਬਾਰੇ ਮੈਂ ਕਹਿੰਦਾ ਜੀ ਕੋਈ ਘਣਵੀ ਸਾਹਿਬ ਕਿ ਇਹ ਤਾਂ ਪੜੇ ਲਿਖੇ ਵੀ ਵਿਅਕਤੀ ਸਨ ਆਲਮ ਫਾਜ਼ਲ ਸਨ ਸਾਹਿਤਕਾਰ ਇਤਿਹਾਸਕਾਰ ਕਿੰਨਾ ਕੁ ਸਨ ਉਹਤੇ ਆਪਣੇ ਜ਼ੋਰ ਨਾਲ ਕੁਝ ਲਿਖ ਵੀ ਗਏ ਜਿਸ ਜਿਸ ਦੇ ਬਾਰੇ ਜਾਣਿਆ ਜਾ ਸਕਦਾ ਤੇ ਕਿੰਨੇ ਬੇਨਾਮ ਇਹੋ ਜਿਹੇ ਨਾਮ ਹੋਣਗੇ ਜਿਨ੍ਹਾਂ ਨੇ ਕੀਤਾ ਬਹੁਤ ਕੁਛ ਹੈ ਤੇ ਵਿਚਾਰਿਆਂ ਦੀ ਅੱਜ ਕੋਈ ਉਗਸੋਕੀ ਨਹੀਂ ਉਹਨਾਂ ਦੇ ਬਾਰੇ ਪਤਾ ਹੀ ਨਹੀਂ ਲੋਕਾਂ ਨੂੰ ਪੰਜਾਬ ਦੇ ਵਿੱਚ ਬਹੁਤ ਬੰਦੇ ਆ ਤੁਸੀਂ ਦਇਆ ਸਿੰਘ ਦਿਲਬਰ ਤੋਂ ਸ਼ੁਰੂ ਕਰ ਲਓ ਹਰੀ ਸਿੰਘ ਦਿਲਬਰ ਤੋਂ ਸ਼ੁਰੂ ਕਰ ਲਓ ਮਤਲਬ ਉਹਨਾਂ ਸਾਡੀ ਨਵੀਂ ਪੀੜੀ ਦੇ ਅਮਰ ਸਿੰਘ ਸ਼ੌਕੀ ਅਮਰ ਸਿੰਘ ਸ਼ੌਕੀ ਰਟੈਂਡਾ ਨਵੀਂ ਪੀੜੀ ਦੇ ਵਸਦਾ ਗੱਲ ਨਹੀਂ ਕਿਉਂਕਿ ਸਮਾਂ ਬਦਲਿਆ ਤੌਰ ਬਦਲੀ ਰਫਤਾਰ ਬਦਲੀ ਅਫਰਾ ਤਫਰੀ ਆਈ ਚੱਕਾ ਚੌਂਦ ਆਈ ਪੈਸਾ ਆਇਆ ਟੈਕਨਾਲੋਜੀ ਆਈ ਮੀਡੀਆ ਆਇਆ ਠੀਕ ਹੈ ਨਾ ਇਹ ਸਾਰਾ ਕੁਝ ਬਦਲਿਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪੁਰਾਣਾ ਝੱਗਾ ਲਾ ਕੇ ਸਿੱਟਦੀਏ ਤੇ ਉਹਨੂੰ ਸਿੱਟੇ ਨੂੰ ਮੁੜ ਕੇ ਕਿੱਲੀ ਤੇ ਬਣਾ ਟੰਗੀਏ ਜਿੰਨੇ ਮਾੜੇ ਵੇਲੇ ਚ ਸਾਡਾ ਤਨ ਟਕਿਆ ਸੀ ਅੱਜ ਅਸੀਂ ਵਾਸਕਟਾਂ ਤੇ ਜਾਗਟਾਂ ਪਾਲੀਆਂ ਇਹ ਗੱਲ ਵੱਖਰੀ ਐ ਪਰ ਪੁਰਾਣੇ ਝੱਗੇ ਦੀ ਅਹਿਮੀਅਤ ਕਦੇ ਨਹੀਂ ਜਾਂਦੀ ਇਸ ਕਰਕੇ ਸਾਨੂੰ ਪੁਰਾਣੇ ਲੋਕ ਸਾਡੇ ਵਿਰਸੇ ਦੇ ਨਾਇਕ ਜਿਹੜੇ ਆ ਉਹਨਾਂ ਨੂੰ ਵਿਸਾਰ ਕੇ ਬਹੁਤ ਵੱਡੀ ਅਸੀਂ ਭੁੱਲ ਕਰ ਰਹੇ ਹੋਵਾਂਗੇ ਠੀਕ ਹੈ ਜੀ ਸੂਰਨ ਸਿੰਘ ਸੀਤਲ ਬਾਰੇ ਬਹੁਤ ਵਿਸਥਾਰ ਨਾਲ ਤੁਸੀਂ ਦੱਸਿਆ ਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਲੈ ਕੇ ਹਾਜ਼ਰ ਹੋਵਾਂਗੇ ਕੋਈ ਮੜ ਜਾ ਦੱਸੋ ਇਹਦੇ ਬਾਰੇ ਕਿ ਇਸ ਤਰ੍ਹਾਂ ਦੇ ਕੁਝ ਨਾਮ ਜਿਹੜੇ ਪ੍ਰਸਿੱਧ ਸਾਹਿਤਕਾਰ ਕੋਈ ਕਵੀ ਸ਼ਰ ਢੱਡੀ ਹੋਏ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਮੈਂ ਇੱਕ ਲਿਸਟ ਬਣਾਈ ਜੀ ਲੋਕ ਗਾਇਕੀ ਦੇ ਸਰਵੋਤਮ ਹੀਰੇ ਜੀ ਜਿਨ੍ਹਾਂ ਦੀਆਂ ਆਵਾਜ਼ਾਂ ਅੱਜ ਵੀ ਸੁਰੱਖਿਅਤ ਅਤੇ ਅਮਰ ਹੈ ਇਸ ਤੋਂ ਲਾਵਾ ਲੋਕ ਸਾਹਿਤ ਦੇ ਹੀਰੇ ਐਸਐਸ ਬਨਜਾਰਾ 베ਦੀ ਵਰਗੇ ਬੰਦੇ ਉਹਨਾਂ ਬੰਦਿਆਂ ਨੇ ਸੰਗੀਤਕਾਰ ਸਾਡੇ ਬੜੇ ਬੰਦੇ ਕੇਸਰ ਸਿੰਘ ਨਰੂਲਾ ਵਰਗੇ ਤੇ ਸੁਮਿੰਦਰ ਵਰਗੇ ਬੰਦੇ ਵਾਹ ਵਾਹ ਉਹਨਾਂ ਬੰਦਿਆਂ ਦੇ ਉੱਤੇ ਅਸੀਂ ਡਾਕੂਮੈਂਟੇਸ਼ਨ ਜ਼ਰੂਰ ਕਰਨੀ ਹੈ ਔਰ ਪੰਜਾਬੀ ਨੈਸ਼ਨਲ ਟੀਵੀ ਇਸ ਵਾਸਤੇ ਤਤਪਰ ਰਹੇਗਾ ਮੈਂ ਵਿਸ਼ਵਾਸ ਦਿਵਾਉਣਾ ਤੇ ਇਹਨਾਂ ਦੇ ਉੱਤੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾਲ ਇਹਨਾਂ ਦੇ ਸੰਗੀਤ ਨੂੰ ਲੈ ਕੇ ਇਹਨਾਂ ਦੀ ਅਰਚਨਾਵਾਂ ਨੂੰ ਲੈ ਕੇ ਅਸੀਂ ਕਰਦੇ ਹੀ ਰਹਿਣਾ ਔਰ ਬਹੁਤ ਲੋਕ ਹੈ ਠੀਕ ਹੈ ਜੀ ਬਹੁਤ ਲੋਕ ਹੈ ਬਹੁਤ ਮਿਹਰਬਾਨੀ ਜੀ ਸਮਾਂ ਦੇਣ ਲਈ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਪਸੰਦ ਆਇਆ ਹੋਵੇਗਾ ਇਤਿਹਾਸ ਦੇ ਕੁਝ ਅਣਗੌਲੇ ਪੱਖ ਤੱਥ ਜਿਹੜੇ ਨੇ ਉਹ ਸਾਂਝੇ ਗਏ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਪਸੰਦ ਕਰੋਗੇ